ਇੱਕ ਤਾਂ ਬਾਈ ਉਹ ਹੁੰਦੀ ਆਪਾਂ ਗੱਲ ਕੁਛ ਹੋਰ ਹੁੰਦੀ ਆ, ਦੱਸਣੀ ਕੁਛ ਹੋਰ ਹੁੰਦੀ ਆ ਜੀ, ਦੱਸਦੇ ਕੋਈ ਹੋਰ ਆ, ਹੁੰਦੀ ਕੋਈ ਹੋਰ ਹੁੰਦੀ ਕੁਛ ਹੋਰ, ਉਹ ਗੱਲ ਨਹੀਂ ਕਰੀ ਆਪਾਂ, ਜਿਹੜੀ ਸੱਚੀ ਸੁੱਚੀਆਂ ਗੱਲਾਂ ਦੱਸੀਆਂ ਜਿਹੜੀਆਂ ਹੈਗੀਆਂ ਉਹ ਹੈਗੀਆਂ। ਹਾਂਜੀ ਸਹੀ। ਆਹੋ ਵੀ ਜਦੋਂ 4 wheel ਲਾਤਾ ਇੱਥੇ ਫਿਰ ਮੂਹਰੇ ਮੀਟਰਾਂ 'ਚ ਸ਼ੋਅ ਹੋਣਾ ਸੀ, ਸ਼ੋਅ ਹੋਣਾ ਚਾਹੀਦਾ ਸੀ। ਆਮ ਟਰੈਕਟਰ ਦੇ ਆਪਾਂ ਜੇ 7-8 ਲਾਤਾ ਟਰੈਕਟਰ ਲੈਂਦੇ ਹਾਂ, ਉਹਦੇ 'ਚ ਵੀ 4 wheel ਲੈਂਦੇ ਹਾਂ ਤਾਂ ਉਹਦੇ 'ਚ ਵੀ ਸ਼ੋਅ ਹੁੰਦਾ ਹੈ ਸਿਗਨਲ, ਹਰੇਕ ਦੇ ਆਪਾਂ ਜੌਂਡੀਅਰ ਨੇ ਪਤਾ ਨਹੀਂ ਕਿਉਂ ਨਹੀਂ ਦਿੱਤਾ, ਠੀਕ ਹੈ, ਆਉਂਦਾ ਨਹੀਂ, ਪਤਾ ਨਹੀਂ ਕੋਈ ਦਿੱਕਤ ਜਾਂ ਕੋਈ ਫਿਓਰ ਚਨੌਕਸ, ਇੱਥੇ ਸਿਗਨਲ ਨਹੀਂ ਆ ਰਿਹਾ। ਜਿਹੜਾ ਇੱਕ ਆਪਣੇ ਕੋਈ ਨਾਲ ਬੰਦਾ ਹੋਵੇ, ਠੀਕ ਹੈ, ਡਰਾਈਵਰ ਦੇ ਬੈਠਣ ਤੋਂ ਬਿਨਾ ਹੋਰ ਕੋਈ ਬੰਦੇ ਦੇ ਬੈਠਣ ਨੂੰ ਇੱਥੇ ਥਾਂ ਨਹੀਂ ਹੈਗੀ, ਹਨਾ ਬਾਈ ਜੀ, ਬਸ ਸਿਰਫ ਇਕੱਲਾ, ਹਾਂਜੀ ਇਹ ਇਹ ਦਿੱਕਤ ਆਪਾਂ ਕਹਿ ਸਕਦੇ ਹਾਂ, ਇਹ ਸੱਚਾਈ ਹੈਗੀ ਇੱਕ, ਠੀਕ ਹੈ। ਇਸ ਤਰ੍ਹਾਂ ਇੱਥੇ ਫਿਰ ਹੋ ਜਾ ਗਏ ਸਾਰਾ, ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਇਸ ਤਰ੍ਹਾਂ ਅਤੇ ਸਿੰਪਲੀ ਐਂ ਲੱਗ ਜਾਂਦਾ ਹੈਗਾ, ਸਿੰਪਲ ਲੱਗ ਜਾਂਦਾ ਜੀ। ਆਓ ਵੀ ਚੁੱਪਰੋ, ਗੱਲਾਂ ਬਾਤਾਂ ਕਰੀਏ ਆਪਾਂ। ਜੌਂਡੀਅਰ 5405 CRDI ਅਤੇ AC ਕੈਬਨ ਦੇ ਨਾਲ ਅਤੇ ਲੇਜ਼ਰ ਕਰਾ ਦੇ ਉੱਤੇ ਚੱਲੀ ਜਾਂਦਾ, ਅਤੇ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ। ਇਸਨੂੰ AC ਕੈਬਨ ਵੀ ਦਿਖਾਵਾਂਗੇ ਅਤੇ ਇਹਦੀਆਂ ਖਾਸੀਅਤਾਂ, ਇਹਦੇ ਫਾਇਦੇ ਪੁੱਛਾਂਗੇ, ਕਿੰਨਾ ਕੁ ਤੇਲ ਖਾਂਦਾ ਹੈ, ਸਾਰਾ ਕੁਛ ਸੱਚ ਸੱਚ, ਐਂ ਨਹੀਂ ਹੈਗਾ ਹੋਰ ਬਹੁਤ ਭਰਾ, ਹੈ ਨਾ, ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਵੀਡੀਓ ਦੇ ਵਿੱਚ ਝੂਠ ਬੁਲਾ ਦਿੰਦੇ ਨੇ ਵੀ ਇੰਨਾ ਤੇਲ ਖਾਂਦਾ, ਇੰਨਾ ਘੱਟ ਖਾਂਦਾ, ਐਂ ਜਾਓ, ਆਪਣੇ ਕੋਲ ਉਹ ਕੰਮ ਨਹੀਂ ਹੈਗਾ, ਤੁਹਾਨੂੰ ਪਤਾ ਹੀ ਆ, ਤੁਹਾਡੇ ਭਰਾ ਕੋਲ ਉਹ ਕੰਮ ਨਹੀਂ ਹੈਗਾ, ਜਿੰਨਾ ਕੁ ਡੀਜ਼ਲ ਖਾਂਦਾ ਇਹ ਉਨਾ ਕੁ ਦੱਸਾਂਗੇ ਕੀ ਸਿਸਟਮ ਆ, ਅਤੇ ਬਾਈ ਨਾਲ ਜਾ ਕੇ ਕਰਦੇ ਹਾਂ ਗੱਲਾਂ ਬਾਤਾਂ। ਮੈਂ ਬਾਈ ਨੂੰ ਪਹਿਲਾਂ ਦੱਸ ਕੇ ਹਟਿਆ ਸੀ ਵੀ ਬਾਈ ਆਪਾਂ ਵੀਡੀਓ 'ਚ ਨਾ ਜਿਵੇਂ ਕੰਪਿਊਟਰ ਕਰਾ ਇਹ ਲੇਜ਼ਰ ਕਰਾ ਚੱਲਦਾ ਦਿਖਾਈਏ ਥੋੜ੍ਹਾ ਜਿਹਾ। ਆਓ ਬਾਈ ਚੁੱਪਰੋ, ਫਿਰ ਚੱਲੀਏ ਆਪਾਂ ਬਾਈ ਕੋਲ। ਆਓ ਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਠੀਕ ਠਾਕ ਹੋ? ਹਾਂ ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਹੈ ਜੀ, ਬਹੁਤ ਵਧੀਆ। ਦਿੰਦਾ ਜੀ ਨਜ਼ਾਰੇ AC ਕੈਬਨ? ਹਾਂ ਪੂਰਾ ਵਧੀਆ ਜੀ, ਠੀਕ ਹੈ, ਡਿੱਗੀ ਜਾਂਦੀ ਹੈ ਬਰਫ਼? ਪੂਰੀ ਵਧੀਆ ਜੀ, ਪੂਰੀ ਕੂਲਿੰਗ ਹੈ, ਪੂਰੀ ਕੂਲਿੰਗ ਹੈ ਜੀ, ਹਾਂਜੀ, ਠੀਕ ਹੈ ਜੀ। ਆ ਜਾਓ ਬਾਈ ਜੀ, ਆਪਾਂ ਥੋੜ੍ਹਾ ਜਿਹਾ ਫਿਰ ਟਰੈਕਟਰ ਬਾਰੇ ਚਾਨਣਾ ਪਾ ਲਈਏ ਜੀ, ਟਰੈਕਟਰ ਬੰਦ ਹੀ ਕਰ ਦਿਓ ਜੀ, ਆਪਾਂ ਸਟਾਰਟ ਕਰ ਲਾਂਗੇ ਜਦੋਂ ਲੋੜ ਪਈ ਆਪਾਂ ਨੂੰ। ਆਓ ਜੀ, ਠੀਕ ਹੈ, ਜਿਹੜੀ ਇਹਦੀ ਆਵਾਜ਼ ਦੇਖੀ ਹੈ ਨਾ ਤੁਸੀਂ, ਆਵਾਜ਼ ਆ ਜਮ੍ਹਾਂ ਜਿਹੜੀ ਇੱਕ ਸਿੰਪਲ ਆਵਾਜ਼ ਜਿਵੇਂ ਜੌਂਡੀਅਰ ਦੀ ਹੁੰਦੀ ਹੈਗੀ, ਬਾਹਰੋਂ ਉਵੇਂ ਆ, ਜਦੋਂ ਆਪਾਂ ਅੰਦਰ ਬੈਠ ਜਾਂਦੇ ਹਾਂ ਅਤੇ ਜਿਹੜੀ ਇਹਦੀ ਜੌਂਡੀਅਰ ਦੇ AC ਕੈਬਨ ਦੇ ਵਿੱਚ ਆਵਾਜ਼ ਆ ਜਿਹੜੀ ਬਾਈ ਜੀ ਬਿਲਕੁਲ ਨਹੀਂ ਆਉਂਦੀ ਹੋਣੀ, ਹੈ ਨਾ, ਮਾੜੀ ਮੋਟੀ ਨਾ ਮਾਤਰ ਆਉਂਦੀ ਜੀ, ਠੀਕ ਹੈ, ਇੰਨੀ ਤਾਂ ਆ ਹੀ ਜਾਂਦੀ, ਆਮ ਆਪਣੇ ਗੱਡੀਆਂ 'ਚ ਵੀ ਆਉਂਦੀ ਹੈਗੀ, ਠੀਕ ਹੈ, ਫੋਨ ਦੀ ਆਵਾਜ਼ ਆਉਂਦੀ ਹੈ ਵਿੱਚ, ਠੀਕ ਹੈ, ਪਰ ਇੰਨੀ ਨਹੀਂ ਹੈਗੀ, ਪੂਰੀ ਥੋੜ੍ਹੀ ਥੋੜ੍ਹੀ ਜੀ ਆਉਂਦੀ ਹੈਗੀ, ਹਾਂਜੀ ਹਾਂਜੀ, ਜਿਵੇਂ ਆਪਾਂ ਇੱਕ ਤਾਂ ਐਂ ਕਈ ਵਾਰ ਕਹਿ ਦਿੰਦੇ ਆ ਵੀ AC ਕੈਬਨ ਦੇ ਵਿੱਚ ਆਵਾਜ਼ ਆ ਜਿਹੜੀ ਜਮੀ ਨਹੀਂ ਆਉਂਦੀ, ਉਹ ਕੰਮ ਨਹੀਂ ਹੈਗਾ, ਥੋੜ੍ਹੀ ਮੋਟੀ ਤਾਂ ਆਊਗੀ, ਥੋੜ੍ਹੀ ਮੋਟੀ ਤਾਂ ਆਊਗੀ, ਉਹ ਤਾਂ ਗੱਡੀਆਂ 'ਚ ਵੀ ਆਉਂਦੀ ਆਪਾਂ ਨੂੰ ਪਤਾ, ਕਾਰਾਂ 'ਚ ਵੀ ਆਉਂਦੀ, ਹਾਂਜੀ ਹਾਂਜੀ। ਅਤੇ ਬਾਈ ਕਦੋਂ ਲਿੱਤਾ ਸੀ ਜੀ AC ਕੈਬਨ ਟਰੈਕਟਰ? ਇਹ ਇਹਨੂੰ 6 ਮਹੀਨੇ ਹੋ ਗਏ, ਠੀਕ ਹੈ, 2023 ਮਾਡਲ ਹੀ ਹੈ, 23 ਮਾਡਲ ਹੀ ਹੈ, ਹਾਂਜੀ, ਠੀਕ ਹੈ। ਫਿਰ ਕਿਵੇਂ ਕੀ ਸੋਚਿਆ ਜੀ ਫਿਰ ਇਹ ਸਿਸਟਮ ਵੀ ਜੌਂਡੀਅਰ AC ਕੈਬਨ ਹੀ ਕਿਉਂ ਲੈਣਾ? ਕਹਿੰਦਾ ਅਸੀਂ ਪਹਿਲਾਂ ਤੁਸੀਂ ਕੰਪਿਊਟਰ ਕਰਾ ਦਾ ਕੰਮ ਕਰਦੇ, ਚਲਾਉਂਦਾ ਮੈਂ ਹੀ ਸੀਗਾ, ਠੀਕ ਹੈ, ਪਹਿਲਾਂ ਸਾਡੇ ਕੋਲ 605 ਅਰਜਨ ਸੀਗੇ, ਉਹ ਜ਼ਿਆਦਾ ਸੇਕ ਮਾਰਦੇ ਥੋੜ੍ਹਾ, ਫਿਰ ਅਸੀਂ ਨੋਵਾ ਟਰੈਕਟਰ ਲਏ, ਨੋਵਾ ਟਰੈਕਟਰ 'ਚੋਂ ਫਿਰ ਮੈਨੂੰ ਥੋੜ੍ਹੀ ਗਰਦ ਦੀ ਜ਼ਿਆਦਾ ਪ੍ਰੋਬਲਮ ਸੀਗੀ, ਠੀਕ ਹੈ, ਇਸੇ ਕਰਕੇ ਅਸੀਂ AC ਕੈਬਨ ਲੈਣਾ ਪਿਆ ਸਾਨੂੰ ਟਰੈਕਟਰ, ਠੀਕ ਹੈ, ਕੋਈ ਡਾਕਟਰੀ ਪ੍ਰੋਬਲਮ ਸੀਗੀ ਤੁਹਾਡੀ? ਹਾਂਜੀ, ਗਰਦ ਤੋਂ, ਹਾਂਜੀ, ਠੀਕ ਹੈ ਜੀ। ਅਤੇ ਨਾਮ ਕੀ ਆ ਬਾਈ ਜੀ ਤੁਹਾਡਾ? ਮੇਰਾ ਨਿਰਮਲ ਸਿੰਘ ਹੈ ਜੀ, ਨਿਰਮਲ ਸਿੰਘ, ਪਿੰਡ ਭਾਈ ਰੂਪਾ, ਜ਼ਿਲ੍ਹਾ ਬਠਿੰਡਾ, ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਫਿਰ ਹੁਣ ਜਿਵੇਂ ਤੁਸੀਂ AC ਕੈਬਨ ਇਹਨੂੰ ਚਲਾ ਰਹੇ ਹੋ, ਤੁਹਾਨੂੰ ਕੋਈ ਘਾਟ ਮਹਿਸੂਸ ਹੋਈ ਹੈ ਵੀ ਟਰੈਕਟਰ ਚਾਹੁੰਦੀ ਹੈ 5405 CRDI ਜੀ AC ਕੈਬਨ ਦੇ ਵਿੱਚ ਕੋਈ ਘਾਟ ਕੋਈ ਹੋਊਗੀ ਮਾੜੀ ਮੋਟੀ ਤੁਹਾਨੂੰ ਲੱਗੀ ਹੋਊਗੀ? ਨਹੀਂ, ਘਾਟ ਤਾਂ AC ਦੀ ਬਾਰੇ ਤਾਂ ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ, ਥੋੜ੍ਹੀ ਗੇਅਰਾਂ ਦੀ ਦਿੱਕਤ ਹੈ, ਜਿਵੇਂ ਥੋੜ੍ਹੀ ਸਪੀਡ ਵੱਧ ਜਾਏ ਜਾਂ ਥੋੜ੍ਹੀ ਜ਼ਿਆਦਾ ਸਪੀਡ ਹੋ ਜਾਂਦੀ ਹੈ। ਅੱਛਾ, ਜੇ ਤਾਂ ਗੇਅਰ ਬਦਲ ABC 4 ਸਪੀਡਾਂ ਆ ਗਈ ਇਹਨਾਂ ਦੀਆਂ, ਜੇ ਤਾਂ ਉਹ ਸਪੀਡ ਇੱਕ ਜਿਵੇਂ ਹੁਣ ਆਪਾਂ ਦੂਜੇ ਤੋਂ ਤੀਜਾ ਕਰਦੇ ਹਾਂ, ਮੰਨ ਲਓ ਗੱਲ ਸ਼ੀ 'ਚ ਚੱਲਦਾ, ਠੀਕ ਹੈ, ਉਹ ਸ਼ੀ 'ਚੋਂ ਦੂਜੇ ਤੋਂ ਤੀਜਾ ਕਰਦੇ ਹਾਂ ਤਾਂ ਸਪੀਡ ਵੱਧ ਜਾਂਦੀ ਜ਼ਿਆਦਾ, ਅਤੇ ਦੂਜਾ ਕਰਦੇ ਘੱਟ ਜਾਂਦੀ ਹੈ। ਆਮ ਜ਼ਿਮੀਂਦਾਰ ਕਹਿੰਦਾ ਵੀ ਇਹ ਥੋੜ੍ਹਾ ਸਲੋਅ ਚੱਲਦਾ, ਅੱਛਾ, ਟਰੈਕਟਰ ਜ਼ਿਆਦਾ ਗੇਅਰ ਵੱਡਾ ਕਰਦੇ ਹਾਂ ਫਿਰ ਉਹ ਦੱਬਦਾ ਗਾ, ਦੱਬਦਾ, ਖਿੱਚਦਾ ਨਹੀਂ, ਇਹ ਦਿੱਕਤ, ਥੋੜ੍ਹਾ ਗੇਅਰਾਂ ਦੀ ਪ੍ਰੋਬਲਮ, ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਬਾਈ ਜੀ ਗੱਲ ਮੈਂ ਵੀ ਸੁਣੀ ਆ ਵੀ ਜੌਂਡੀਅਰ ਦੀਆਂ ਸਪੀਡਾਂ 'ਚ ਪ੍ਰੋਬਲਮ ਹੈਗੀ ਆ, ਕੋਈ ਜ਼ਿਆਦਾ ਵਧੀਆ ਰਿਸਪੋਂਸ ਨਹੀਂ ਸਪੀਡਾਂ 'ਚ ਹੈਗਾ, ਇਹ ਗੱਲ ਮੈਂ ਵੀ ਸੁਣੀ ਹੈਗੀ। ਅਤੇ ਚੋਬਰੋ ਆਪਾਂ ਚੱਲਦੇ ਹਾਂ ਅੰਦਰ AC ਕੈਬਨ ਦੇ, ਅਤੇ ਮੈਂ ਨੂਰ ਤੋਂ ਫੋਨ ਲੈਣਾ ਆਪਦੇ ਹੱਥ 'ਚ, ਅਤੇ ਕਿਉਂਕਿ ਉੱਥੇ 3 ਬੰਦਿਆਂ ਦਾ ਬੜਾ ਸਿਸਟਮ ਫਿਰ ਠੀਕ ਨਹੀਂ ਰਹਿੰਦਾ, ਅਤੇ AC ਕੈਬਨ 'ਚ ਤੁਹਾਨੂੰ ਪਤਾ ਕੋਈ ਥਾਂ ਬਹੁਤੀ ਜ਼ਿਆਦਾ ਨਹੀਂ ਹੁੰਦੀ।
ਅਤੇ ਇੱਥੋਂ ਤੁਸੀਂ ਜਿਵੇਂ ਖੜ੍ਹ ਕੇ ਦੇਖੋ ਨਾ, ਇਸ ਤਰ੍ਹਾਂ ਇਹ ਲੱਗ ਰਹੀ ਹੈ, ਇਹਦੀ ਲੁੱਕ ਆ ਜਿਹੜੀ ਬਹੁਤ ਸੋਹਣੀ ਲੱਗ ਰਹੀ ਆ। ਅਤੇ ਜਿਵੇਂ ਆਪਾਂ ਬਾਹਰ ਕਨੇਡਾ ਅਮਰੀਕਾ ਦੇ ਵਿੱਚ ਟਰੈਕਟਰ ਤੁਰੇ ਜਾਂਦੇ ਦੇਖਦੇ ਹਾਂ, ਬਿਲਕੁਲ ਐਂ ਲੱਗਦਾ ਜਿਵੇਂ ਵੀ ਬਸ ਉਹੀ ਟਰੈਕਟਰ ਆ ਇਹ। ਅਤੇ ਆਪਾਂ ਚੱਲੀਏ ਸਿੰਪਲੀ, ਇਹਨੂੰ ਆਪਾਂ ਦੱਬ ਕੇ ਐਂ ਖੋਲੀਏ। ਅਤੇ ਜਿਹੜੇ ਇੱਕ ਇਹ ਸ਼ੀਸ਼ੇ ਨੇ ਨਾ, ਸ਼ੀਸ਼ੇ ਇਹ ਐਂ ਨਹੀਂ ਹੈਗਾ ਵੀ ਬੜੀ ਸੇਕ ਜੀ ਖਿੱਚਣਗੇ ਵੀ ਜਾਂ ਇਹਦੇ ਵਿੱਚ ਗੈਸ ਭਰ ਕੇ ਜਾਂ ਕੋਈ ਸ਼ੀਸ਼ਾ ਟੁੱਟੂ ਜੀ ਜਾਂ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਇਹ ਮੈਂ ਗੱਲ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਿਹਾ ਕਿਉਂਕਿ ਬਹੁਤ ਏ ਸੀ ਕੈਬਨ ਦੇ ਵਿੱਚ ਐਂ ਹੋਇਆ, ਜਿਨ੍ਹਾਂ ਤੋਂ ਆਪਾਂ ਏ ਸੀ ਕੈਬਨ ਬਾਈ ਜੀ ਲਵਾਉਣੇ ਹੁੰਦੇ ਆ ਨਾ, ਉਹ ਕਈ ਵਾਰ ਮਾੜਾ ਸ਼ੀਸ਼ਾ ਲਾ ਦਿੰਦੇ ਆ ਇੱਥੇ। ਹਾਂਜੀ, ਮੈਨੂੰ ਇੱਕ ਦੋ ਆਪਣੇ ਕਿਸਾਨ ਭਰਾ ਟੱਕਰੇ ਆ ਗਏ ਵੀ ਬਾਈ ਸਾਡੇ ਦਿੱਕਤ ਪ੍ਰੋਬਲਮ ਹੈਗੀ ਉਹਨਾਂ 'ਚ। ਹਾਂਜੀ, ਇੱਕ ਵੀ ਜ਼ਿਆਦਾ ਆਉਂਦਾ ਉਹਨਾਂ 'ਚ, ਅਤੇ ਬਾਕੀ ਉਹਦੇ ਟੁੱਟਣ ਦੀ ਸ਼ਿਕਾਇਤ ਵੀ ਹੈ। ਜਿਵੇਂ ਕੈਬਣਾ ਇਹਨਾਂ ਰਬੜਾਂ 'ਚ ਆ, ਸਾਰਾ ਕੈਬਨ ਫਿੱਟ ਕਰਿਆ ਵਾ, ਉੱਪਰ ਲਾ ਦਿੰਦੇ ਜਦੋਂ ਧੜਕਾ ਪੈਂਦਾ ਤਾਂ ਸ਼ੀਸ਼ੇ ਟੁੱਟਣ ਦੀ ਸ਼ਿਕਾਇਤ ਉਹਦੇ 'ਚ ਹੈਗੀ ਹੈ। ਹੈਗੀ ਆ ਜੀ, ਮੈਂ ਸੁਣੀ ਆ, ਮੈਂ ਵੀ ਤੁਹਾਡੇ ਵਾਲੀ ਗੱਲ। ਅਤੇ ਜਿਹੜੀ ਇਹਦੇ ਸ਼ੀਸ਼ੇ ਆ ਬਾਈ, ਜਿਹੜੇ ਜਿਵੇਂ ਕਹਿ ਦਈਏ ਨਾ, ਜਿਹੜੇ ਹੀਟ ਨੂੰ ਵਿੱਚ ਅਬਜ਼ਰਵ ਕਰਦੇ ਹੈਗੇ ਵੀ ਹੀਟ ਦਾ ਕੋਈ ਇਹਨੂੰ ਅਸਰ ਨਹੀਂ ਹੈਗੀ। ਹਾਂਜੀ, ਠੀਕ ਹੈ। ਅਤੇ ਚਲੋ ਬਾਈ ਆਪਾਂ ਚੱਲੀਏ ਹੁਣ। ਅਤੇ ਇੱਧਰ ਆਹ ਦੇਖੋ, ਜਿਵੇਂ ਹਾਈਡ੍ਰੋਲਿਕ ਸਿਸਟਮ ਆ ਗਿਆ ਹੈ ਨਾ, ਅਤੇ ਜਿਹੜਾ ਇਹਦੀ ਵਿੰਡੋ ਨੂੰ ਜਿਹੜਾ ਕੰਟਰੋਲ ਕਰਦਾ, ਇੱਥੋਂ ਸਿੰਪਲੀ ਆਪਾਂ ਇਹਨੂੰ ਹੱਥ ਪਾ ਕੇ ਉੱਪਰ ਚੜ੍ਹ ਸਕਦੇ ਹੈਗੇ ਹਾਂ। ਅਤੇ ਜਿਹੜੇ ਇਹਦੇ ਸਾਹਮਣੇ ਥੱਲੇ ਨੀਚੇ ਤੁਹਾਨੂੰ ਫੁੱਟ ਰੈਸਟ ਦਿਸ ਰਹੇ ਹੈ ਨਾ, ਦੋ ਫੁੱਟ ਰੈਸਟ ਵਧੀਆ ਲਾ ਤੇ ਇਸ ਤਰ੍ਹਾਂ ਆਪਾਂ ਆਏ ਨੂੰ ਇਹਦੇ ਵਿੱਚ ਆ ਗਏ। ਠੀਕ ਹੈ ਜੀ, ਆ ਜਾਓ ਬਾਈ ਜੀ, ਆ ਜਾਓ। ਇਹ ਦੇਖੋ ਜਿਵੇਂ ਬਾਈ ਹੈ ਨਾ ਉੱਪਰ ਚੜ੍ਹੇ ਨੇ, ਆਈ ਆ ਸਿੰਪਲ। ਆ ਜਾਓ ਜੀ, ਤੁਸੀਂ ਇੱਧਰ ਬਹਿ ਜਾਓ। ਓ ਜੀ, ਗਰਮੀ ਸੀਗੀ ਜ਼ਿਆਦਾ ਅਤੇ ਮੈਂ ਬਾਈ ਜੀ ਨੂੰ ਕਿਹਾ ਜੋ ਸਟਾਰਟ ਕਰ ਲਓ, ਅਤੇ ਆਪਾਂ ਨਾਲੇ ਏ ਸੀ ਦਾ ਨਜ਼ਾਰਾ ਲਈਏ ਅਤੇ ਨਾਲੇ ਆਪਾਂ ਏ ਸੀ ਕੈਬਨ ਦੀਆਂ ਗੱਲਾਂ ਬਾਤਾਂ ਕਰੀਏ। ਅਤੇ ਹੁਣ ਆਪਾਂ ਜਿਵੇਂ ਬਾਈ ਬੈਠੇ ਨੇ ਹੈ ਨਾ ਸੀਟ 'ਤੇ, ਅਤੇ ਮੈਂ ਇੱਧਰ ਸਾਈਡ 'ਤੇ ਬੈਠਾ। ਪਹਿਲਾਂ ਤਾਂ ਤੁਹਾਨੂੰ ਇਹ ਗੱਲ ਦੱਸ ਦਿਆਂ, ਅਤੇ ਜਿਹੜਾ ਇੱਕ ਆਪਣੇ ਕੋਈ ਨਾਲ ਬੰਦਾ ਹੋਵੇ, ਠੀਕ ਹੈ, ਡਰਾਈਵਰ ਦੇ ਬੈਠਣ ਤੋਂ ਬਿਨਾਂ ਹੋਰ ਕੋਈ ਬੰਦੇ ਦੇ ਬੈਠਣ ਨੂੰ ਇੱਥੇ ਥਾਂ ਨਹੀਂ ਹੈਗੀ, ਹੈ ਨਾ ਬਾਈ ਜੀ? ਬਸ ਸਿਰਫ ਇਕੱਲਾ, ਹਾਂਜੀ, ਇਹ ਦਿੱਕਤ ਆਪਾਂ ਕਹਿ ਸਕਦੇ ਹਾਂ, ਇਹ ਸੱਚਾਈ ਹੈਗੀ ਇੱਕ। ਅਤੇ ਸਿਰਫ ਇੱਕ ਬੰਦਾ ਜਿਵੇਂ ਤੁਸੀਂ ਬੈਠੇ ਹੋ ਬਾਈ ਜੀ, ਇੱਕ ਬੰਦਾ ਹੀ ਇੱਥੇ ਇਹ 'ਚ ਬੈਠ ਸਕਦਾ ਜੀ। ਹਾਂਜੀ, ਅਤੇ ਮੈਂ ਹੁਣ ਸਿੰਪਲ ਇਹਦੇ 'ਤੇ ਬਸ ਇੱਕ ਬਹਿ ਜਾਂਦਾ। ਅਤੇ ਜਿਹੜੇ ਇੱਕ ਹੋਰ ਬਾਹਰੋਂ ਜਿਹੜੇ ਏ ਸੀ ਕੈਬਲ ਲਵਾਉਂਦੇ ਨੇ, ਉਹਨਾਂ ਦੇ ਵਿੱਚ ਬੈਠਣ ਦੀ ਸੁਵਿਧਾ ਹੈਗੀ ਆ ਜੀ? ਹਾਂ, ਉਹਨਾਂ ਦੇ ਹੈਗੀ ਆ, ਮਗਰੈੜਾਂ 'ਤੇ ਲੱਗਦਾ ਨਾ, ਉਹਨਾਂ 'ਚ ਤਾਂ ਹੁੰਦੀ ਵੀ। ਹਾਂਜੀ, ਠੀਕ ਹੈ। ਅਤੇ ਇੱਧਰ ਆਪਾਂ ਸਟਾਰਟ ਕਰੀਏ ਫਰੰਟ ਸ਼ੀਸ਼ੇ ਤੋਂ, ਠੀਕ ਹੈ। ਫਰੰਟ ਸ਼ੀਸ਼ਾ ਜਿਹੜਾ ਆਪਾਂ ਇਸ ਤਰ੍ਹਾਂ ਆਪਾਂ ਨੂੰ ਸਾਰਾ ਵਧੀਆ ਦਿਖਦਾ ਰਹਿੰਦਾ ਬਾਈ ਜੀ, ਹੈ ਨਾ, ਵਧੀਆ ਕਵਰ ਕਰਦਾ ਰਹਿੰਦਾ ਜੀ। ਠੀਕ ਹੈ। ਅਤੇ ਆਹ ਜਿਹੜੇ ਇਹਦੇ ਆ ਗਏ ਸਨਸ਼ੇਡ, ਜਿਹੜਾ ਆਪਾਂ ਨਾ ਕੋਈ ਧੁੱਪ ਪੈਂਦੀ ਹੈ ਤਾਂ ਇਹ ਆਪਾਂ ਨੀਚੇ ਨੂੰ ਕਰ ਸਕਦੇ ਹੈਗੇ ਹਾਂ। ਅਤੇ ਇਹ ਜਿਹੜਾ ਕੰਪਨੀ ਫਿੱਟਡ ਏ ਸੀ ਕੈਬਣਾ, ਇਹਦੇ ਵਿੱਚ ਹੀ ਆਪਾਂ ਨੂੰ ਦੇਖਣ ਨੂੰ ਮਿਲਦਾ ਇਹ। ਇੱਧਰੋਂ ਆਪਾਂ ਦੇਖੀਏ ਤਾਂ ਜਿਹੜਾ ਸਟੇਅਰਿੰਗ ਆ ਨਾ, ਬੜਾ ਆਪਾਂ ਨੂੰ ਐਂ ਜਮ੍ਹਾਂ ਕਾਰ ਵਾਂਗੂ ਇੱਥੇ ਬੈਠੇ। ਹਾਂਜੀ, ਠੀਕ ਹੈ, ਐਡਜਸਟੇਬਲ ਹੈ, ਠੀਕ ਹੈ, ਇਸ ਤਰ੍ਹਾਂ, ਠੀਕ ਹੈ ਜੀ, ਕਾਰ ਵਾਲੀ ਫੀਲਿੰਗ ਆ ਗਈ ਜੀ। ਠੀਕ ਹੈ ਜੀ, ਹੋਰ ਬਾਈ ਜੀ ਕੀ ਇਹਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਹੋ ਜੀ? ਹੋਰ ਤਾਂ ਏ ਸੀ ਬਹੁਤ ਵਧੀਆ ਜੀ, ਇਹਦਾ ਏ ਸੀ ਜਿਵੇਂ ਆਮ ਏ ਸੀ ਹੈਗਾ, ਜ਼ਿਆਦਾ ਜਿਉਂ ਏ ਸੀ ਨੋਰਮਲ ਕਰ ਲੈਂਦੇ ਆਪਾਂ ਜੀ, ਤਾਂ ਉਹ ਗੁੰਮਸ ਜਿਹਾ ਬਣ ਜਾਂਦਾ ਅੰਦਰ ਜੀ, ਇਹਦੇ ਉਹ ਹੈ ਨਹੀਂ ਪ੍ਰੋਬਲਮ। ਠੀਕ ਹੈ, ਨੋਰਮਲ ਏ ਸੀ ਛੱਡੋਗੇ ਤੁਸੀਂ, ਬਹੁਤ ਵਧੀਆ ਟੈਂਪਰੇਚਰ ਰਹਿੰਦਾ ਇਹਦੇ ਵਿੱਚ, ਘੱਟ ਵੱਧ ਵੀ ਕਰ ਸਕਦੇ, ਜਿਵੇਂ ਇੱਥੋਂ ਘੱਟ ਕਰ ਲਓ ਜਿਵੇਂ ਜਿੰਨਾ ਆਪਾਂ ਟੈਂਪਰੇਚਰ ਚਾਹੀਦਾ। ਠੀਕ ਹੈ, ਇੱਕ ਨਾ ਬਾਈ ਜੀ ਮੈਨੂੰ ਇਹ ਗੱਲ ਦੱਸੋ, ਜਿਵੇਂ ਆਪਾਂ ਟਰੈਕਟਰ ਨਾ ਬੰਦ ਖੜਾ ਹੁੰਦਾ, ਅਤੇ ਜਦੋਂ ਆਪਾਂ ਇਹਨੂੰ ਏ ਸੀ ਨੂੰ ਔਨ ਕਰਦੇ ਹਾਂ, ਕਿਹੜੇ ਕਿਹੜੇ ਫੰਕਸ਼ਨਾਂ ਕਰਕੇ ਕਿਵੇਂ ਔਨ ਹੋ ਜਾਂਦਾ ਇਹ? ਜਿਵੇਂ ਇਹਦੇ ਤੇ ਤਿੰਨ ਬਟਨ ਲੱਗੇ ਹੋਏ ਨੇ, ਆਹ ਏ ਸੀ ਦਾ ਬਟਨ ਹੈਗਾ, ਇਹ ਮੇਨ ਬਟਨ ਹੈ ਇਹਦਾ? ਹਾਂ, ਮੇਨ ਬਟਨ ਹੈ ਜੀ। ਅੱਛਾ, ਆਹ ਬਲੋਅਰ ਵਾਲਾ ਬਟਨ ਆ ਗਿਆ ਜੀ, ਬਲੋਅਰ ਵੱਧ ਘੱਟ ਕਰਨ ਵਾਲਾ ਜੀ, ਆਹ ਹੀਟਰ ਦਾ ਬਟਨ ਆ ਜੀ, ਹੀਟਰ ਆਪਾਂ ਸਰਦੀਆਂ 'ਚ ਚਲਾਉਣਾ, ਠੀਕ ਹੈ ਜੀ, ਤਾਂ ਹੀਟਰ ਚਲਾ ਸਕਦੇ ਹਾਂ ਜੀ। ਹਾਂਜੀ, ਅਤੇ ਇਹ ਏ ਸੀ ਦਾ ਆਪਾਂ ਟੈਂਪਰੇਚਰ ਵਧਾ ਸਕਦੇ, ਹੁਣ ਗਾਂਹ ਨੂੰ ਕਰੀ ਜਾਊਗੇ ਟੈਂਪਰੇਚਰ ਇਹਦਾ ਫੁੱਲ ਹੋ ਜੂਗਾ, ਬਸ ਵੱਧ ਜੂਗਾ, ਠੀਕ ਹੈ ਜੀ, ਜਿੰਨਾ ਕੁ ਆਪਾਂ ਨੂੰ ਟੈਂਪਰ ਆਪਾਂ ਨੂੰ ਬਾਹਲਾ ਟੈਂਪਰੇਚਰ ਦੀ ਲੋੜ ਨਹੀਂ ਮੈਨੂੰ, ਇੰਨੀ ਥੋੜ੍ਹਾ ਜਿਹਾ ਨੋਰਮਲ ਟੈਂਪਰੇਚਰ ਰੱਖ ਕੇ ਚੱਲੋ, ਪੂਰਾ ਵਧੀਆ ਚੱਲਦਾ। ਠੀਕ ਹੈ, ਤੁਹਾਨੂੰ ਇੰਨਾ ਕੀ ਵਧੀਆ ਰਹਿੰਦਾ? ਹਾਂਜੀ ਹਾਂਜੀ, ਵੀ ਜਿਹੜੇ ਬੰਦੇ ਵੱਧ ਗਰਮੀ ਮੰਨਦੇ ਬਈ ਇਹਨੂੰ ਇੱਥੇ ਹੀ ਕਰ ਲਓ। ਹਾਂਜੀ ਹਾਂ, ਨਹੀਂ ਤਾਂ ਵਧਾ ਲਓ। ਹਾਂਜੀ, ਨਹੀਂ ਤਾਂ ਇਹਨੂੰ ਇੱਥੇ ਜੇ ਰੱਖੋ ਆਪਾਂ। ਹਾਂਜੀ ਹਾਂ, ਠੀਕ ਹੈ ਜੀ। ਅਤੇ ਇਹਦੇ ਜਿਹੜੇ ਬਲੋਅਰ ਆ ਗਏ, 1, 2, 3, 4, 5 ਅਤੇ 6 ਛੇ ਬਲੋਅਰ ਆ ਗਏ ਜੀ, ਹੈ ਨਾ, ਤਿੰਨ ਤਾਂ ਆ ਗਏ ਜਿਹੜੇ ਇਹਦੇ ਰਾਈਟ ਸਾਈਡ ਇੱਧਰਲੇ ਪਾਸੇ, ਅਤੇ 3 ਆ ਗਏ ਇਹਦੇ ਜਿਹੜੇ ਲੈਫਟ ਸਾਈਡ। ਅਤੇ ਆਪਾਂ ਇੱਧਰ ਆਹ ਕੀ ਸਿਸਟਮ ਲੱਗਿਆ ਹੋਇਆ ਬਾਈ ਜੀ? ਮਿਊਜ਼ਿਕ ਸਿਸਟਮ ਲਾਉਣ ਵਾਸਤੇ ਦਿੱਤਾ ਇਹਨਾਂ ਦਾ, ਆਪਣਾ ਤਾਂ ਟੱਚ ਪਲੇਅਰ ਲਵਾ ਲਿਆ ਸੀ ਨਾ ਅੱਗੇ। ਠੀਕ ਹੈ, ਇਹ ਕੰਪਨੀ ਬਣੀ ਹੁੰਦਾ ਮਿਊਜ਼ਿਕ ਸਿਸਟਮ ਲਵਾਉਣ, ਇੱਧਰ ਸਪੀਕਰ ਲੱਗ ਜਾਂਦਾ, ਇੱਧਰ ਲੱਗ ਜਾਂਦਾ। ਠੀਕ ਹੈ, ਇੱਥੇ ਮਿਊਜ਼ਿਕ ਸਿਸਟਮ ਆਪਾਂ ਰੱਖ ਸਕਦੇ, ਮਤਲਬ ਕੰਪਨੀ ਵੱਲੋਂ ਮਿਊਜ਼ਿਕ ਸਿਸਟਮ ਆਪਾਂ ਨੂੰ ਏ ਸੀ ਕੈਬਨ 'ਚ ਨਹੀਂ ਲੱਗਿਆ ਹੁੰਦਾ ਦਿੱਤਾ ਜੀ, ਜਿਸ ਹਿਸਾਬ ਨਾਲ ਇਹਦੀ ਕੀਮਤ ਆ 2.5 ਲੱਖ ਦਾ ਸਾਨੂੰ ਪਿਆ ਜੀ, ਹਾਂਜੀ, ਉਸ ਹਿਸਾਬ ਨਾਲ ਇਹਨਾਂ ਨੂੰ ਇਹ ਦੇਣਾ ਚਾਹੀਦਾ ਸੀ, ਇਹ ਦਿੱਕਤ ਆਉਂਦੀ ਇਸ ਗੱਲ। ਠੀਕ ਹੈ, 2.5 ਲੱਖ 'ਚ ਪਿਆਗਾ? ਹਾਂਜੀ ਹਾਂਜੀ, ਠੀਕ ਹੈ। ਲਓ ਜੀ, ਮਿਊਜ਼ਿਕ ਸਿਸਟਮ ਦੀ ਬਾਈ ਕਹਿੰਦੇ ਦਿੱਕਤ ਆਉਂਦੀ ਆ ਵੀ 2.5 ਲੱਖ ਲੱਗਿਆ ਤਾਂ, ਹੈ ਨਾ, ਮਿਊਜ਼ਿਕ ਸਿਸਟਮ ਤਾਂ ਹੋਵੇ ਨਾ,
ਤੇ ਇੱਧਰ ਨੂੰ ਆਪਾਂ ਐਂ ਆ ਗਿਆ ਘੁੱਕ ਕੇ ਅਤੇ ਜਿਹੜਾ ਇੱਕ ਇੱਧਰ ਦੇਖੋ ਜਿਹੜਾ ਥੱਲੇ ਸ਼ੀਸ਼ਾ ਲੱਗਿਆ ਹੋਇਆ ਨਾ ਇਹਨੂੰ ਆਪਾਂ ਸਿੰਪਲੀ ਐਂ ਖੋਲ੍ਹ ਸਕਦੇ ਹਾਂ ਠੀਕ ਹੈ ਜੀ ਐਂ ਐਂ ਜਾਂਦਾ ਰੇਤਾ ਬਹੁਤ ਆ ਇਸ ਕਰਕੇ ਨਾ ਜਿਹੜਾ ਰੇਤਾ ਅੰਦਰ ਆਉਂਦਾ ਹੈਗਾ ਆਪਾਂ ਇਹਨੂੰ ਹੁਣ ਖੋਲ੍ਹਦੇ ਨਹੀਂ ਹੈਗੇ ਅਤੇ ਇਸ ਤੋਂ ਬਾਅਦ ਆਪਾਂ ਜਿਵੇਂ ਇੱਧਰ ਆ ਗਏ ਜਿਹੜਾ ਇਹ ਸ਼ੀਸ਼ਾ ਨਾ ਇਹ ਵੀ ਖੁੱਲ੍ਹ ਜਾਂਦਾ ਇਹਨੂੰ ਇਸ ਤਰ੍ਹਾਂ ਐਂ ਖੁੱਲ੍ਹ ਜਾਂਦਾ ਵੀ ਇਹਨੂੰ ਵੀ ਆਪਾਂ ਐਂ ਖੋਲ੍ਹ ਸਕਦੇ ਹਾਂ ਇੱਕ ਨਾ ਬਾਈ ਜਿਹੜਾ ਮਿਊਜ਼ਿਕ ਸਿਸਟਮ ਹੈ ਨਾ ਇਹ ਅਲੱਗ ਤੋਂ ਲਵਾਇਆ ਹੋਇਆ ਅਤੇ ਜਿਹੜੇ ਕਿ ਸਿੰਪਲ ਸਪੀਕਰ ਨੇ ਦੋ ਲਵਾਏ ਹੋਏ ਨੇ ਤੁਹਾਨੂੰ ਮੈਂ ਇੱਧਰ ਜਾ ਕੇ ਇਸ ਤਰ੍ਹਾਂ ਦਿਖਾਉਣਾ ਅਤੇ ਏ ਸੀ ਕੈਬਨ ਜੌਂਡੀਅਰ ਦੇ ਮਿਊਜ਼ਿਕ ਸਿਸਟਮ ਜਿਹੜੇ ਇੱਥੇ ਆਪਾਂ ਫਿੱਟ ਕਰ ਸਕਦੇ ਹਾਂਗੇ ਅਤੇ ਇੱਕ ਬਾਈ ਜਿਹੜਾ ਸ਼ੀਸ਼ਾ ਇਹ ਬਹੁਤ ਹੈਲਪ ਕਰਦਾ ਜੀ ਹੈ ਨਾ ਜਿਹੜਾ ਇੱਥੇ ਲੱਗਿਆ ਹੋਇਆ ਪਿੱਛੇ ਆਪਾਂ ਇੰਪਲੀਮੈਂਟ ਆ ਜਿਹੜਾ ਹਾਂਜੀ ਉਸ ਤਰ੍ਹਾਂ ਦੇਖਣ ਬਾਰੇ ਬਹੁਤ ਵਧੀਆ ਦੇਖ ਸਕਦੇ ਹਾਂ ਹੈ ਨਾ ਅਤੇ ਆਪਾਂ ਹੁਣ ਜਿਵੇਂ ਇੱਧਰ ਆ ਗਿਆ ਹੈ ਨਾ ਅਤੇ ਇੱਧਰ ਜਿਹੜਾ ਹੈ ਇਹਦੀ ਕੈਟਾਗਰੀ ਇਹਦੇ ਜਿਹੜੇ ਇਹਨਾਂ ਦੇ ਨੰਬਰ ਆਈ ਕੰਪਨੀ ਦੇ ਲਿਖੇ ਹੋਏ ਨੇ ਸਾਰੇ ਆਪਾਂ ਨੂੰ ਸਟਿੱਕਰ ਵਗੈਰਾ ਵੀ ਆਪਾਂ ਨੂੰ ਦੱਸਿਆ ਹੁੰਦਾ ਇਹਨਾਂ 'ਤੇ ਸਾਰੇ ਸਿਗਨਲ ਲੱਗੇ ਹੋਏ ਨੇ ਇੱਥੇ ਅਤੇ ਇੱਧਰ ਲਾਈਟ ਆ ਗਈ ਆ ਹਾਂ ਆਪਾਂ ਔਨ ਔਫ ਇਹਨੂੰ ਕਰ ਸਕਦੇ ਹਾਂ ਕਿ ਹਨੇਰੇ ਦੇ ਵਿੱਚ ਅਤੇ ਇੱਕ ਜਿਹੜੀਆਂ ਤੁਹਾਨੂੰ ਜਾਲੀਆਂ ਦਿਸ ਰਹੀਆਂ ਨਾ ਇਹ ਵੀ ਅਤੇ ਇਹ ਵੀ ਇਹ ਹੈਗੀਆਂ ਨੇ ਜਦੋਂ ਆਪਣੀ ਜਿਹੜੀ ਇੱਥੇ ਬਰੀਕ ਮਿੱਟੀ ਆਪਣੀ ਉੱਡ ਰਹੀ ਹੁੰਦੀ ਆ ਨਾ ਜਿਵੇਂ ਹੁਣ ਇਹ ਲੇਜ਼ਰ ਕਰਾਹ 'ਤੇ ਚੱਲੀ ਜਾਂਦਾ ਆਪਾਂ ਇੱਕਦਮ ਵਿੰਡੋ ਖੋਲ੍ਹਾਂਗੇ ਤਾਂ ਜਿਹੜੀ ਇਹ ਬਰੀਕ ਮਿੱਟੀ ਅੰਦਰ ਆਊਗੀ ਇਹ ਖਿੱਚ ਲੈਂਦੇ ਆ ਬਰੀਕ ਮਿੱਟੀ ਨੂੰ ਨਾ ਅੰਦਰ ਰਹਿਣ ਨਹੀਂ ਦਿੰਦੇ ਇਹ ਵੀ ਬਾਈ ਜੀ ਬਹੁਤ ਵਧੀਆ ਚੀਜ਼ ਲਾਤੀ ਜੀ ਹੈ ਨਾ ਇਹ ਜ਼ਰੂਰੀ ਸੀ ਇੱਕ ਏ ਸੀ ਕੈਬਨ ਦੇ ਵਿੱਚ ਠੀਕ ਹੈ ਲਓ ਜੀ ਹੁਣ ਆਪਾਂ ਘੁੱਕ ਕੇ ਇੱਧਰ ਨੂੰ ਆਉਣਾ ਇਹ ਦੇਖੋ ਨਾ ਮੈਂ ਇੱਥੇ ਫੋਨ ਲਈ ਖੜ੍ਹਾ ਵਲੋਗ ਬਣਾਈ ਜਾਂਦਾ ਅਤੇ ਇਹ ਦੇਖੋ ਜਿਵੇਂ ਮੇਰੇ ਪੈਰ ਆ ਸੀਗੇ ਹੁਣ ਮੈਂ ਇੱਧਰੋਂ ਘੁੱਕੂੰਗਾ ਨਾ ਅਤੇ ਇੱਧਰ ਮੇਰੇ ਪਿੱਛੇ ਸਟੇਅਰਿੰਗ ਲੱਗੂਗਾ ਇਹ ਗੱਲ ਪਤਾ ਇਹ ਨਾ ਥਾਂ ਥੋੜ੍ਹੀ ਜਿਹੀ ਘੱਟ ਹੁੰਦੀ ਹੈ ਮੈਂ ਹੁਣ ਇਸ ਤਰ੍ਹਾਂ ਆਏ ਮਸਾਂ ਜਿਹਾ ਹੀ ਮੇਰੇ ਤੋਂ ਘੁੱਕਿਆ ਗਿਆ ਸੀਗਾ ਠੀਕ ਹੈ ਇਸ ਤਰ੍ਹਾਂ ਵੀ ਕੰਪਨੀ ਨੂੰ ਇਹ ਥੋੜ੍ਹੀ ਜਿਹੀ ਇੱਕ ਰਿਕੁਐਸਟ ਹੈ ਵੀ ਥੋੜ੍ਹਾ ਜਿਹਾ ਨਾ ਥਾਂ ਵੀ ਵੱਧ ਦਿਆ ਕਰਨ ਹੈ ਨਾ ਬਾਈ ਜੀ ਇਹ ਚਲੋ ਟਰੈਕਟਰ ਦੇ ਹਿਸਾਬ ਨਾਲ ਕੈਬਨ ਬੰਨ ਜੇ ਹੁਣ ਇਹ ਚੌੜਾ ਕਰਦੇ ਆ ਕੈਬਨ ਹਾਂਜੀ ਤਾਂ ਫਿਰ ਉਹ ਹੋਰ ਹਿਸਾਬ ਦਾ ਬਣ ਜੂ ਨਾ ਟਰੈਕਟਰ ਜੀ ਜ਼ਿਆਦਾ ਚੌੜਾ ਕਰਨ ਨਾਲ ਹੋਰ ਹਿਸਾਬ ਦੇ ਤਾਂ ਇੱਕ ਸਹੂਲਤ ਵੀ ਟਰੈਕਟਰ ਨੂੰ ਡਰਾਈਵਰ ਬੈਠਿਆ ਵਿੱਚ ਵਧੀਆ ਜੀ ਉਹਦੇ ਵਾਸਤੇ ਠੀਕ ਆ ਅਤੇ ਜੇ ਜ਼ਿਆਦਾ ਚੌੜਾ ਬਣਨੇ ਫਿਰ ਉਹਦੀ ਲੁੱਕ ਨਹੀਂ ਬਣਦੀ ਠੀਕ ਹੈ ਲੁੱਕ ਉਹਦੀ ਥੋੜ੍ਹੀ ਜਿਹੀ ਓਵਰ ਹੋ ਜੂਗੀ ਹੋਰ ਉਹ ਫਿਰ ਆਹੋ ਤੁਹਾਡੀ ਗੱਲ ਵੀ ਠੀਕ ਆ ਹੈ ਨਾ ਵੀ ਜਿਵੇਂ ਫਿਰ ਸਾਰਾ ਕੁਛ ਹੀ ਵੱਡਾ ਕਰਨਾ ਪਊਗਾ ਜੇ ਅਸੀਂ ਕੈਬਨ ਵੱਡਾ ਕਰਤਾ ਠੀਕ ਹੈ ਅਤੇ ਲਓ ਜੀ ਇੱਧਰੋਂ ਆਪਾਂ ਫਿਰ ਇੱਥੇ ਆ ਗਏ ਜਿੱਥੋਂ ਆਪਾਂ ਵਿੰਡੋ ਓਪਨ ਕੀਤੀ ਸੀਗੀ ਇੱਧਰ ਆਪਾਂ ਮਿਊਜ਼ਿਕ ਸਿਸਟਮ 'ਤੇ ਆ ਗਏ ਬਾਈ ਜੀ ਨੇ ਜਿਹੜਾ ਟੱਚ ਆ ਐਂਡਰੋਇਡ ਪਲੇਅਰ ਲਵਾਇਆ ਹੋਇਆ ਮਿਊਜ਼ਿਕ ਸਿਸਟਮ ਅਤੇ ਜਿਹੜਾ ਐਂਪਲੀਫਾਇਰ ਨਹੀਂ ਬਾਈ ਜੀ ਲਵਾਇਆ ਹੈ ਟੱਚ ਪਲੇਅਰ ਹੀ ਬਾਈ ਨੇ ਲਵਾ ਤਾ ਆ ਗੇਅਰ ਆ ਗਈ ਮੇਨ ABC 3 ਸਪੀਡਾਂ 'ਚ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਰੇਸ ਆ ਗਈ ਹੱਥ ਵਾਲੀ ਠੀਕ ਹੈ ਹੱਥ ਵਾਲੀ ਰੇਸ ਆ ਗਈ ਇਸ ਤਰ੍ਹਾਂ ਠੀਕ ਹੈ ਇਲੈਕਟ੍ਰੋਨਿਕ ਅਰੇ ਬਹੁਤ ਲਾਈਟ ਆ ਗਈ ਠੀਕ ਹੈ ਅਤੇ ਆਹ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਆ ਜੀ ਇਹਦੇ ਠੀਕ ਹੈ ਕੋਈ ਵੀ ਆਪਾਂ ਡਬਲ ਹੁਣ ਡਬਲ ਸੰਦ ਆਉਂਦੇ ਹੈਗੇ ਡਬਲ ਡਿਸਟ੍ਰੀਬਿਊਟਰ ਉਹਦੇ ਵਾਸਤੇ ਬਹੁਤ ਵਧੀਆ ਜੀ ਆਹ ਮੇਨ ਲੈਫਟ ਲੀਵਰ ਆ ਗਏ ਠੀਕ ਹੈ ਥੱਲੇ ਆ ਗਏ ਨਾ ਆਪਣੇ ਕੰਪਿਊਟਰ ਕਰਾ ਦਾ ਕੰਟਰੋਲ ਬਾਕਸ ਲੱਗਿਆ ਵਿੱਚ ਜੀ ਅਤੇ ਅੱਗੇ ਨਹੀਂ ਇੱਕ ਆਹ ਲੀਵਰ ਇੱਕ ਆ ਇਹ ਕੰਟਰੋਲ ਵਾਲਾ ਇੱਕ ਮੇਨ ਲੀਵਰ ਹੁੰਦਾ ਹੈ ਨਾ ਠੀਕ ਹੈ ਹਾਂਜੀ ਜਿਹੜੇ ਕੋਈ ਰੱਖਣ ਵਗੈਰਾ ਬੋਤਲ ਵਗੈਰਾ ਰੱਖਣ ਨੂੰ ਜੀ ਕੋਈ ਮੋਬਾਈਲ ਵਗੈਰਾ ਹੋਰ ਆਪਣੇ ਕੋਲ ਹੁੰਦਾ ਠੀਕ ਹੈ ਇਹ ਚੀਜ਼ਾਂ ਰੱਖਣ ਚੀਜ਼ਾਂ ਵਾਸਤੇ ਰੱਖਣ ਨੂੰ ਠੀਕ ਹੈ ਜੀ ਅਤੇ ਇੱਧਰ ਬਾਈ ਜੀ ਆਹ PDO ਆ ਕਲੱਚ ਆ ਗਿਆ ਜੀ ਠੀਕ ਹੈ ਆਹ 4-wheel ਵਾਲਾ ਲੀਵਰ ਆ ਗਿਆ ਜੀ 4-wheel ਚਲਾਉਣਾ ਤਾਂ ਆਪਾਂ ਜੀ ਠੀਕ ਹੈ ਅਤੇ ਇੱਧਰ ਜਿਵੇਂ ਬਾਈ ਦੀ ਬੋਤਲ ਰੱਖੀ ਹੋਈ ਹੈ ਹੈ ਨਾ ਠੰਡਾ ਪਾਣੀ ਪਾ ਕੇ ਬੋਤਲ 'ਚ ਅਤੇ ਇੱਕ ਨਾ ਜਿਵੇਂ CID ਟਰੈਕਟਰ ਹੈ ਨਾ ਇਹ 'ਤੇ ਸਾਰੇ ਸਿਗਨਲ ਸ਼ੋਅ ਹੁੰਦੇ ਰਹਿੰਦੇ ਨੇ ਵੀ ਕੋਈ ਵੀ ਜੇ ਟਰੈਕਟਰ ਦੇ ਵਿੱਚ ਰੱਬ ਨਾ ਕਰੇ ਕੋਈ ਪ੍ਰੋਬਲਮ ਆਉਂਦੀ ਵੀ ਆ ਤਾਂ ਆਪਾਂ ਨੂੰ ਇਹਦੇ ਸਾਰੇ ਇੱਥੇ ਮੀਟਰਾਂ ਦੇ ਸਿਗਨਲ ਆ ਜਿਹੜੇ ਸ਼ੋਅ ਹੋਈ ਜਾਣਗੇ ਅਤੇ ਆਹ ਇਹਦਾ ਆ ਗਿਆ ਉਹ CIDI ਵਾਲਾ ਸਿਸਟਮ ਵੀ ਜਿਹੜਾ ਜਦੋਂ ਆਪਾਂ ਰੋਡ 'ਤੇ ਚਲਾਉਣ 'ਤੇ ਇਹਨੂੰ ਇੱਕੋ 'ਤੇ ਕਰੋ ਅਤੇ ਜਦੋਂ ਆਪਾਂ ਕੋਈ ਭਾਰੀ ਇੰਪਲੀਮੈਂਟ 'ਤੇ ਇਹਨੂੰ ਟਰੈਕਟਰ ਨੂੰ ਯੂਜ਼ ਕਰਨਾ ਤਾਂ STD 'ਤੇ ਰੱਖੋ ਅਤੇ ਕੀ ਗੱਲਬਾਤ ਬਾਈ ਜੀ ਫਿਰ ਇਹ ਦਿੰਦਾ CID ਵਾਲਾ ਫੰਕਸ਼ਨ ਨਜ਼ਾਰੇ ਹਾਂ ਠੀਕ ਹੈ ਹੁਣ ਨੋਰਮਲ ਡੀਜ਼ਲ ਦਾ ਕੋਈ ਜੇ ਸਟੈਂਡਰਡ 'ਤੇ ਰੱਖਾਂਗੇ ਤਾਂ ਵੀ ਉਨਾ ਹੀ ਖਪਤ ਆ ਜੀ ਕੋਈ ਬਾਹਲਾ ਫਰਕ ਨਹੀਂ ਪੈਂਦਾ ਅੱਛਾ ਅਤੇ ਜੇ ਇੱਕੋ 'ਤੇ ਰੱਖਾਂਗੇ ਤਾਂ ਵੀ ਕੋਈ ਇੰਨਾ ਫਰਕ ਨਹੀਂ ਹੈਗਾ ਅੱਛਾ ਬੜਾ ਕੋਈ ਫਰਕ ਜਿਹਦਾ ਨਹੀਂ ਨੋਰਮਲ ਗ੍ਰਾਮਾਂ 'ਚ ਹੋ ਸਕਦਾ ਜਾਂ ਅੱਧੇ ਲੀਟਰ 'ਚ ਉਹ ਇੰਨੇ ਘੰਟੇ 'ਚ ਹੁਣ ਪਤਾ ਨਹੀਂ ਲੱਗਦਾ ਹਾਂ ਠੀਕ ਹੈ ਅਤੇ ਜਾਣੀ ਕੋਈ ਬਾਹਲਾ ਫਰਕ ਨਹੀਂ ਹੈਗਾ ਪਾਵਰ ਦਾ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਠੀਕ ਹੈ ਪਾਵਰ ਵੱਧ ਜਾਂਦੀ ਹੈ ਪਾਵਰ ਵੱਧ ਜਾਂਦੀ ਹੈ ਠੀਕ ਹੈ ਅਤੇ ਬਾਈ ਜੀ ਫਿਰ ਕਿੰਨਾ ਕੁ ਡੀਜ਼ਲ ਖਾ ਜਾਂਦਾ ਇਹ ਜੀ ਡੀਜ਼ਲ ਤਾਂ ਇਹ
फिर भी कह मतलब अज आप कह दिए भी जो सी आर डी आई सिस्टम कोई बड़ा बड़ा कोई फर्क जानी है ना खर्चा पैंदा पूरा पल्ला होंदा बस ठीक है कल एसी दे नजारे आ बस ओ कूलिंग लई जाने वधिया ठीक है लो जी भाई कहते एसी की कल कूलिंग जरूर वधिया लई जांदे आ ते इधर आ गए जिवें ठीक है जी फ्यूल वाला डीजल वाले आपां नूं इधर जिहड़ा शो हो रहा तो भी इन्ना क डीजल इहदे च टंकी दे विच है तो इधर अपना हीट वाला गया 292 घंटे चल गया भाई जी ट्रैक्टर है ना ठीक है जी ये है जी वैपर मशीन वाले बटन आ गए तो वैपर मशीन वाली टंकी है जी वाटर टंकी तुहानूं बाहर दिखावांगे तो जी इस लगी हुई है इनू जो आप 10 घंटे दब के रख दें तो जी अपने ट्रैक्टर कोई भी प्रॉब्लम आते अपन जी मीटर से शो हो लग जाती है हूँ इस कोई प्रॉब्लम नहीं हैगी कुछ भी नहीं शो होया तो यू आप नप के रखिए बस उ आप घंटा से फेर कर दें ठीक है जी तो आह डबल इंडीकेटर वाली स्विच हैगी आह सिंगल राइट लैफ्ट इधरों लाइटा ऑन हो जाए तो आह हॉर्न आ गया जी बाकी है जो फोर व्हील आप लाने कंपनी थोड़ी दिक्कत है ये सिग्नल बटन कोई देना चाहिए जी इन्होंने इन्होंने दिता नहीं जो फोर व्हील ला लेने गेयर कई बार आप कटना भुल जाइए ज रोड से चला लगे तो वह चाहिए भी तो कोई सिग्नल दे देंगे तो वधिया सीगा ठीक है आहो भी जो फोर व्हील लाता इतने फिर मूहे मीटर से शो होना सी शो होना चाहिए सी आम ट्रैक्टर से आप जो 7-8 लाख का ट्रैक्टर लेने वो भी फोर व्हील लेने तो वो भी शो हों सिग्नल हरेक दे पर जाऊंडी उन्हें पता नहीं क्यों नहीं दिता ठीक है ठीक है ये शो करने चाहिए जां सिग्नल देना चाहिए इन्हां नूं भी फोर व्हील लग्या वा देना चाहिए हां चो ब्रो ये गल जमा सच्ची आ बाई जी दी इत्थे फोर व्हील वाला बाई कहिंदे फंक्शन शो नहीं हुंदा आ हैगा आ हुण इत्थों आपां नूं आई फोर व्हील ते इहदे ऑन करता मैं इहनूं ठीक है उपर नूं लीवर खिच के इत्थे कुछ नहीं शो होया इहनूं मैं नीचे करूँगा आ नीचे करता ਇੱਥੇ ਆਫ ਤਾਂ ਹੋਣਾ ਚਾਹੀਦਾ ਨਾ ਬੰਦੇ ਨੂੰ ਪਤਾ ਤਾਂ ਲੱਗੇ ਨਾ ਜੀ ਨਹੀਂ ਬੰਦਾ ਉਵੇਂ ਦੱਬੀ ਤੁਰਿਆ ਜਾਂਦਾ ਉਵੇਂ ਦੱਬੀ ਤੁਰੇ ਫਿਰਦਾ ਇਹ ਕਈ ਵਾਰ ਤੇਜ਼ ਹੋਵੇ ਟਰੈਕਟਰ ਜ਼ਿਆਦਾ ਫੋਰ ਵੀਲ 'ਚ ਕਟਾਈ ਘੱਟ ਲੈਣ ਲੱਗ ਜਾਂਦਾ ਹੈ ਹਾਂ ਜੇ ਆਪਾਂ ਘਰੇ ਵਾਰਦੇ ਹਾਂ ਜਾਂ ਥਾਂ ਥੋੜ੍ਹਾ ਹੈਗਾ ਤਾਂ ਮੂਹਲੇ ਟਾਇਰ ਇੰਨੀ ਕਸਾਈ ਕਰਦੇ ਹਾਂ ਸਿੱਧਾ ਹੀ ਲੈ ਜਾਂਦਾ ਖਿੱਚ ਕੇ ਉਹ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਜੇ ਸਿਗਨਲ ਹੋਵੇ ਤਾਂ ਬੰਦਾ ਬਾਈ ਚਾਂਸ ਭੁੱਲ ਗਿਆ ਆਪਾਂ ਰੋਡ 'ਤੇ ਚੜਾ ਲਿਆ ਆਪਾਂ ਮਾੜਾ ਮੋਟਾ ਨਿਗਾਹ ਮਾਰ ਦਿਆਂਗੇ ਮੀਟਰਾਂ 'ਤੇ ਉਦੋਂ ਪਤਾ ਲੱਗ ਜਾਂਦਾ ਵੀ ਫੋਰ ਵੀਲ ਲੱਗਿਆ ਆਪਾਂ ਉਹਨੂੰ ਕੱਢ ਦਿਆਂਗੇ ਕੱਢ ਦਿਆਂਗੇ ट्रैक्टर फोर व्हील लग्या होवे तां सिग्नल नहीं शो हुंदा ये बहुत वड्डी मैनूं भी घट लगी गल ये कंपनी लई छोटी जी गल आ फिर दे दिंदे कि कहड़ा बड़ा टाइम लगदा सीगा इहनूं इक इक बल्ब भी लाउणी बत्ती लाउणी छोटी जी बत्ती लाउणी छोटी जी बत्ती लाउणी आ सही गल आ जी चलो ते इक भाई जी सीट दसो कोई सीट दे विच तां नहीं कोई प्रॉब्लम हैगी जिवें तुसीं बैठे हो होणा मैं इत्थे इत्थे बैठा मैं हुण थल्ले बैठा ऐ इस तरहां ठीक है मेरे बैठण लई इत्थे थां है नहीं सी मैं तां करके इधर बहि गया ते इत्थे बहि के जिहड़ी ब्लॉग आ जिहड़ा वधिया शूट हो रिहा तो मैं जिवें देखा ना बई सीट से आप वधिया बैठे ने देखो थले बई दे पैरों तो लेके ना उपर तक बई जी दसो कोई प्रॉब्लम तो नहीं सीट च नहीं सीट पूरी वधिया जी सीट दे कोई प्रॉब्लम नहीं सीट तां मैं पूरी रिलैक्स आई अच्छा अगे पिछे हो गई ढूह इहदी एडजस्टेबल ठीक है एडजस्टेबल है करके दिखा दो जी पिछे जा वड़दी है ठीक है अगे जा आ जांदी जिवें मर्जी पी मूंह नूं सेट लो भणा जी ठीक है जी पिछे नूं कर लो इहनूं अगे भी हो जांदी बहुत वधिया वधिया हो जांदी है हां जी
ਨਜ਼ਾਰੇਦਾਰ ਸੀਟ ਡਾਊਨ ਵੀ ਹੋ ਜਾਂਦੀ ਉੱਪਰ ਅੱਛਾ ਕਰਿਓ ਜੀ ਡਾਊਨ ਘੱਟ ਵੱਧ ਕਰਨਾ ਉੱਪਰ ਨੂੰ ਕਰਨਾ ਹੁਣ ਮੈਂ ਜਮਾ ਡਾਊਨ ਤੇ ਚਲਾਉਣਾ ਠੀਕ ਹੈ ਉੱਪਰ ਨੂੰ ਵੀ ਹੋ ਜਾਂਦੀ ਹੈ ਜੀ ਜੇ ਵੇਟ ਘੱਟ ਵੱਧ ਕਰਨਾ ਵੇਟ ਵੀ ਘੱਟ ਵੱਧ ਹੋ ਜਾਂਦਾ ਇਹਦਾ ਅੱਛਾ ਵੇਟ ਕਿਵੇਂ ਘੱਟ ਵੱਧ ਜੀ ਵੇਟ ਇਹਨੂੰ ਹੈਂਡਲ ਨੂੰ ਘੱਟ ਵੱਧ ਹੋ ਜਾਂਦਾ ਉੱਪਰ ਨੂੰ ਚੱਕੇ ਵੇਟ ਜਿਵੇਂ ਜ਼ਿਆਦਾ ਵੇਟ ਤੇ ਚਲਾਉਣਾ ਜਿਹਦਾ 80 ਕਿਲੋ ਆ ਜਾਂ ਮੇਰਾ ਹੁਣ 50 ਕਿਲੋ ਹਾਂ ਜੀ ਲਾਓ ਤੇ ਉਸ ਹਿਸਾਬ ਨਾਲ ਐਡਜਸਟ ਹੋ ਜਾਂਦਾ ਫਿਰ ਜਦੋਂ ਟਰੈਕਟਰ ਬੁੜਕਦਾ ਉਸ ਹਿਸਾਬ ਨਾਲ ਸ਼ੀਟ ਬਹੁਤ ਵਧੀਆ ਹੈ ਜੀ ਆਮ ਟਰੈਕਟਰ ਨਾਲ ਅਲਗੀ ਸ਼ੀਟ ਨਹੀਂ ਹੈਗੀ ਠੀਕ ਹੈ ਬਹੁਤ ਵਧੀਆ ਗੱਡੀ ਰਿਲੈਕਸ ਗੱਡੀ ਨਾਲੋਂ ਵੀ ਆਪਾਂ ਬਿਹਤਰ ਮੰਨਦੇ ਵੀ ਬਹੁਤ ਵਧੀਆ ਸ਼ੀਟ ਹੈ ਗੱਡੀ ਦੀ ਸ਼ੀਟ ਵੀ ਉਨੀ ਉਹ ਗੱਡੀ ਚਲਾਉਣੀ ਆਪਾਂ ਥਕਾਵਟ ਹੋ ਜਾਂਦੀ ਹੈ ਇਹ 'ਚ ਬਹੁਤ ਵਧੀਆ ਥਕਾਵਟ ਨਹੀਂ ਹੁੰਦੀ ਠੀਕ ਹੈ ਹਾਂ ਤੇ ਇੱਧਰ ਬਾਈ ਜੀ ਸੀਟ ਬੈਲਟ ਦਿੱਤੀ ਜੀ ਕੰਪਨੀ ਨੇ ਹੈ ਹਾਂ ਜੀ ਲਾ ਕੇ ਦਿਖਾਇਓ ਜੀ ਠੀਕ ਇਸ ਤਰ੍ਹਾਂ ਵੀ ਸੇਫ ਲੋਕ ਹੋ ਜਾਂਦੀ ਜ਼ਿਆਦਾ ਖਿੱਚ ਲਈਏ ਤਾਂ ਅੱਛਾ ਜ਼ਿਆਦਾ ਖਿੱਚ ਲਈ ਲੋਕ ਹੋ ਜਾਂਦੀ ਵੀ ਮਤਲਬ ਵੀ ਕਈ ਵਾਰੀ ਰੱਬ ਨਾ ਕਰੇ ਟਰੈਕਟਰ ਤੇ ਆਪਣਾ ਕਿਸੇ 'ਚ ਵੱਜਦਾ ਵੀ ਆਪਦੇ ਆਪ ਲੋਕ ਹੋ ਜੂਗੀ ਬੰਦੇ ਨੂੰ ਖਿੱਚ ਨਹੀਂ ਪੈਣ ਦਿੰਦੀ ਹਨਾ ਨੋਰਮਲ ਖਿੱਚ ਕੇ ਲਾਉਣੀ ਪੈਂਦੀ ਉਹਨੂੰ ਨੋਰਮਲ ਖਿੱਚੋ ਇਹਨੂੰ ਠੀਕ ਹੈ ਲਓ ਜੀ ਬੰਦਾ ਸੇਫ ਆ ਹੁਣ ਡਬਲ 540 ਤੇ 500 ਜੀ ਇਹ ਆ ਦਿਖਾਉਣਾ ਤੁਹਾਨੂੰ ਮੈਂ ਆਹ ਸੀਗੇ ਇਹ ਲੀਵਰ ਲੁਕਿਆ ਬੈਠਾ ਇੱਧਰ ਪਿੱਛੇ ਲਾਤਾ ਤੇ ਇੱਧਰ ਇਹ ਸਲਿੱਪ ਗੇਅਰ ਆ ਜੀ ਜੋ ਆਪਣਾ ਟਰੈਕਟਰ ਸਲਿੱਪ ਨੂੰ ਘੁਮਾਉਂਦਾ ਜਾਂ ਖੁੱਭ ਜਾਂਦਾ ਪੂਰੇ ਲਾਉਣੇ ਦੀ ਡਬਲ ਡਬਲ ਕਰ ਟਾਇਰ ਕੰਮ ਕਰ ਲੱਗ ਜਾਂਦੇ ਇਹਦੇ ਨਾਲ ਠੀਕ ਹੈ ਇਹਨੂੰ ਹੱਡੀ ਨਾਲ ਨੱਪਾਂਗੇ ਨਾ ਇਸ ਤਰ੍ਹਾਂ ਡਬਲ ਕੰਮ ਕਰਦਾ ਜੀ ਠੀਕ ਹੈ ਜੀ ਲਓ ਵੀ ਇੱਧਰੋਂ ਦੇਖੋ ਹੁਣ ਏਸੀ ਕੈਬਨ ਇੱਧਰ ਸਿੰਪਲ ਹੀ ਆ ਵਿੰਡੋ ਠੀਕ ਹੈ ਜੀ ਤੁਹਾਨੂੰ ਏਸੀ ਕੈਬਨ ਵੀ ਦਿਖਾਤਾ ਅਤੇ ਏਸੀ ਕੈਬਨ ਦੇ ਵਿੱਚ ਜਿਹੜੇ ਲੀਵਰ ਲੱਗੇ ਹੋਏ ਨੇ ਉਹਨਾਂ ਦੀ ਬਣਤਰ ਹੈ ਜਿਹੜੀ ਆਪਾਂ ਉਹ ਵੀ ਦਿਖਾਤੀ ਆ ਵਿੱਚ ਕੋਈ ਹਵਾ ਆਈ ਨਹੀਂ ਹੈਗਾ ਵੀ ਬਾਹਰਲੀ ਹਵਾ ਅੰਦਰ ਆ ਜਾਓ ਐਂ ਤਾਂ ਨਹੀਂ ਕੋਈ ਤੁਹਾਨੂੰ ਥੋੜ੍ਹੀ ਜਿਹੀ ਵੀ ਸ਼ਿਕਾਇਤ ਹੋਈ ਜੀ ਵੀ ਮਾੜੀ ਮੋਟੀ ਬਾਹਰੋਂ ਹਵਾ ਅੰਦਰ ਆ ਗਈ ਨਹੀਂ ਆਉਂਦੀ ਜੇ ਜਿੱਦਾਂ ਟਾਕੀ ਉਡਾਉਣੀ ਕਈ ਵਾਰ ਕਈ ਅੱਧੀ ਲੱਗਦੀ ਟਾਕੀ ਉਡਾਉਣੀ ਭੁੱਲ ਗਏ ਤਾਂ ਕੀ ਕਹਿਣਾ ਨਹੀਂ ਊਂ ਨਹੀਂ ਆਉਂਦੀ ਡਸਟ ਨਹੀਂ ਆਉਂਦੀ ਜਦੋਂ ਵੱਡਾ ਆਪਾਂ ਥੋੜ੍ਹੀ ਪ੍ਰੋਬਲਮ ਹੈਗੀ ਆ ਜਾਣੀ ਜੇ ਟਾਕੀਆਂ ਖੋਲਦੇ ਆਪਾਂ ਇਹਦੀ ਰਬੜ ਉੱਪਰ ਨਾ ਆ ਜਾਂਦੀ ਆ ਕੰਪਿਊਟਰ ਕਰਕੇ ਜ਼ਿਆਦਾ ਮਿੱਟੀ ਧੂੜ ਉੱਡਦੀ ਕਰਕੇ ਉਹਦੇ ਜਦੋਂ ਆਪਾਂ ਵਿੰਡੋ ਖੋਲਦੇ ਹਾਂ ਉਹ ਡਸਟ ਵਿੱਚ ਡਿੱਗ ਪੈਂਦੀ ਇਹਦੇ ਉਹ ਡਿੱਗ ਦੇਗੀ ਊਂ ਐਸ ਵੈਸੇ ਊਂ ਬਾਹਰੋਂ ਨਹੀਂ ਕੋਈ ਡਸਟ ਆਉਂਦੀ ਵਧੀਆ ਪੂਰਾ ਵਧੀਆ ਕੈਬਨ ਆ ਸੀਲ ਮੈਨੂੰ ਲੱਗ ਗਿਆ ਪਤਾ ਮੇਰੇ ਜਿਵੇਂ ਪਹਿਲਾਂ ਤੁਸੀਂ ਦੇਖਿਆ ਪਿੱਛੇ ਉਦੋਂ ਡਿੱਗੀ ਸੀ ਆਵੇ ਮੈਂ ਡਿੱਗਿਆ ਨਾ ਰੇਤਾ ਐਂ ਡਿੱਗ ਪੈਂਦਾ ਇਹ ਵੀ ਪ੍ਰੋਬਲਮ ਆ ਜਿਹੜੀ ਖਤਮ ਹੋਣੀ ਚਾਹੀਦੀ ਆ ਤੇ ਇੱਧਰ ਜਿਹੜਾ ਸਾਰੀ ਜਿਹੜੀ ਇਨਫੋਰਮੇਸ਼ਨ ਦਿੱਤੀ ਹੋਈ ਆ ਨਾ ਅਤੇ ਬ੍ਰੇਕ ਪੈਡਲਾਂ ਦੀ ਸਾਰੀ ਇਨਫੋਰਮੇਸ਼ਨ ਆਪਾਂ ਪੜ੍ਹ ਸਕਦੇ ਹਾਂ ਇੱਥੋਂ ਬਾਕੀ ਤੁਹਾਨੂੰ ਵਲੌਗ ਦੇਖ ਕੇ ਸਾਰਾ ਕੁਝ ਹੋ ਜੂਗਾ ਕਲੀਅਰ ਅੱਛਾ ਫਿਊਜ ਇੱਥੇ ਆ ਠੀਕ ਹੈ ਠੀਕ ਹੈ ਜੀ ਖੁੱਲ ਜਾਂਦਾ ਜੀ ਇੱਥੋਂ ਜਾਂਦਾ ਜੀ ਪੱਟਣਾ ਪੈਂਦਾ ਠੀਕ ਹੈ ਇਸ ਤਰ੍ਹਾਂ ਇੱਥੇ ਫਿਊਜ ਆ ਗਏ ਸਾਰਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਸ ਤਰ੍ਹਾਂ ਅਤੇ ਸਿੰਪਲ ਹੀ ਐਂ ਲੱਗ ਜਾਂਦਾ ਹੈਗਾ ਸਿੰਪਲ ਹੀ ਲੱਗ ਜਾਂਦਾ ਜੀ ਠੀਕ ਹੈ ਐਂ ਲੱਗ ਜਾਂਦਾ ਬਸ ਠੀਕ ਹੈ ਚਲੋ ਜੀ ਹੁਣ ਆਪਾਂ ਚੱਲੀਏ ਬਾਹਰ ਅਤੇ ਇਹਨੂੰ ਆਪਾਂ ਖੁੱਲ੍ਹਦੇ ਹਾਂ ਸਿੰਪਲ ਹੀ ਇਹਨੂੰ ਐਂ ਖੋਲ੍ਹਣਾ ਆਪਾਂ ਠੀਕ ਹੈ ਜਿਵੇਂ ਆਹ ਤਿੰਨ ਉਂਗਲਾਂ ਨੇ ਨਾ ਆਪਣੀਆਂ ਐਂ ਲਾ ਲਓ ਇਹਨੂੰ ਐਂ ਵਧੀਆ ਖੁੱਲੂ ਐਂ ਨਾ ਇਹਨੂੰ ਖੋਲ੍ਹਿਓ ਐਂ ਇਹ ਖੁੱਲ੍ਹਦਾ ਨਹੀਂ ਗਾ ਅੜਜੇ ਜਾਂਦਾ ਐਂ ਖੋਲ੍ਹਿਓ ਇਹਨੂੰ ਐਂ ਤਿੰਨ ਉਂਗਲਾਂ ਨਾਲ ਐਂ ਕਰ ਦਿਓ ਬਸ ਆਓ ਵੀ ਹੁਣ ਬਾਹਰਲੇ ਪਾਸੋਂ ਏਸੀ ਕੈਬਨ ਦਿਖਾਈਏ ਆ ਜਾਓ ਬਾਈ ਜੀ ਫਿਰ ਬਾਹਰ ਮਾਰੀਏ ਆਪਾਂ ਦੀਗਾ ਓਹੋ ਬਾਹਰ ਨਿਕਲ ਕੇ ਤਾਂ ਐਂ ਲੱਗਦਾ ਬਾਈ ਜੀ ਜਿਵੇਂ ਹੈ ਨਾ ਅੱਗ ਭਰੀ ਜਾਂਦੀ ਹੁੰਦੀ ਆ ਨਿਕਲਣ ਨੂੰ ਜੀ ਨਹੀਂ ਕਰਦਾ ਸੀ ਚੋਬਰੋ ਤੁਹਾਨੂੰ ਬਾਹਰੋਂ ਦਿਖਾਈਏ ਜਿਹੜਾ ਏਸੀ ਕੈਬਨ ਇਹ ਅਤੇ ਸਿੰਪਲ ਇਹਦੇ ਆਹ ਦੋ ਲਾਈਟਸ ਆ ਗਈਆਂ ਠੀਕ ਹੈ ਜੀ ਇੱਕ ਸਿੰਪਲ ਆ ਗਈ ਆਹ ਅਤੇ ਇੱਕ ਇੰਡੀਕੇਟਰ ਵਾਲੀ ਆ ਗਈ ਅਤੇ ਟੋਲ ਬੋਕਸ ਆ ਜਿਹੜਾ ਇਹਦਾ ਇੱਧਰ ਦੇ ਤਾ ਠੀਕ ਹੈ ਜੀ ਇੱਧਰ ਟੋਲ ਬੋਕਸ ਇਹਦੇ ਆ ਗਿਆ ਇਸ ਤਰ੍ਹਾਂ ਸਿੰਪਲ ਐਂ ਖੋਲ੍ਹ ਕੇ ਆਪਾਂ ਇਹ 'ਚ ਕੁਛ ਵੀ ਆਪਣੇ ਚਾਬੀਆਂ ਪਾਉਂਦੇ ਰੱਖ ਸਕਦੇ ਹਾਂ ਅਤੇ ਜਿਹੜੇ ਆਹ ਦੋ ਵੱਡੇ ਸ਼ੀਸ਼ੇ ਆ ਗਏ ਇਹਦੇ ਆਪਾਂ ਫਰੰਟ ਤੋਂ ਦੇਖੀਏ ਨਾ ਦੂਰ ਹੋ ਕੇ ਆ ਜਾਓ ਬਾਈ ਜੀ ਇੱਧਰ ਆਪਾਂ ਦੂਰ ਹੋ ਕੇ ਦਿਖਾ ਦਈਏ ਇਸ ਤਰ੍ਹਾਂ ਇਹ ਦਿੰਦਾ ਜਿਹੜਾ ਬੜੀ ਜਿਹੜੀ ਇਹਦੀ ਲੁੱਕ ਜ਼ਬਰਦਸਤ ਲੁੱਕ ਹੈਗੀ ਬਹੁਤ ਸੋਹਣਾ ਲੱਗਦਾ ਟਰੈਕਟਰ ਇਹ ਨਾ ਬਾਈ ਇਹਦਾ ਜਿਹੜਾ ਸਲੈਂਸਰ ਆ ਵੱਡੇ ਸਾਈਜ਼ ਆ ਗਿਆ ਜੀ ਹੈ ਨਾ ਹਾਂ ਬਹੁਤ ਵਧੀਆ ਕੰਪਨੀ ਨੇ ਦਿੱਤਾ ਵੀ ਇਸ ਤਰ੍ਹਾਂ ਉਵੇਂ ਨਾ ਜਿਵੇਂ ਆਹ ਬੀਮ ਆ ਗਿਆ ਜਿਵੇਂ ਆਪਾਂ ਨੂੰ ਕੋਈ ਡਿੱਕਦ ਨਾ ਪਵੇ ਮੂਹਰੋਂ ਕੋਈ ਚੀਜ਼ ਆਉਂਦੀ ਹੈ ਹਾਂਜੀ ਜਦੋਂ ਆਪਾਂ ਸਾਈਡ ਮੋੜਦੇ ਹਾਂ ਕਈ ਵਾਰੀ ਨਾ ਇਹ ਜੇ ਇੱਥੇ ਹੁੰਦਾ ਤਾਂ ਇਹ ਡਿੱਕਦ ਹੁੰਦੀ ਬਹੁਤ ਸੋਚ ਸਮਝ ਕੇ ਲੱਗਿਆ ਵਾ ਜੀ ਜਮਾਂ ਐਂ ਬੀਮ 'ਤੇ ਲਾਇਆ ਉਹਨਾਂ ਦਾ ਵੀ ਸਲੈਂਸਰ ਨੂੰ ਮੂਹਰੇ ਡਿੱਕਾ ਨਾ ਆਵੇ ਚੀਜ਼ ਨਾ ਲੱਗੇ
जी ठीक है, इधरों ऐ सिंपल आपां इहनू खोल सकदे आ, लॉक कीती होई है, ठीक है। तो इस तरह इहदी नाल चंगी तरह बणतर दिखा नूर एसी कैबिन दी, एयर फिल्टर आ जांदे इत्थों साफ हो जांदे खोल के, ठीक है। इहनां नूं खोल के लंगे बहुत वधिया, हां जी इहनां नूं ऐ खोल के उतर जांदा, हां जिवें मैं खोल्ही जांदा, इत्थे फिल्टर है उधर भी है, ठीक है, दोनों साइड हैगे, ठीक है, ऐ खुल जांदा, ठीक है भाई। तो इधर पिछे जी इधर पिछे लाइट आ गई, तो आ जो वेपर मशीन वाले इधर वाटर इधर पै जाता जी, है ना, ठीक है जी। तो इधर बाई होने की जी लीर फसाई हुई है बिच, क्योंकि जी इन्होंने जी कंप्यूटर ग्राह से लग्या हुआ ट्रैक्टर करके ना इन्होंने जी अपनी वायरिंग वगैरह लंघानी सी, इस तरह ये रबड़ फिर रबड़ उमी रख ली सी लीर ला ली, तारा लावे रबड़ उमी पा देंगे, ठीक है जी। नहीं रीजनल रह जू, हाँ जी, जिवें आपां डिस्ट्रीब्यूटर डबल डिस्ट्रीब्यूटर अंदर लीवर काम करते सी ना, हाँ जी, दो वाल आ गई जी कंप्यूटर कराया, दो चीज़ होर एलीमेंट आप जिवें डिस्क आ गई तबियां आ गई जी, जो डबल हो जाए जिवें आप बाहरलियां फोल्डिंग होंगे डिस्क उस तरह आप ला सकते हैं, जिवें हम तो आ गई अगे पिछे जो आप तबियां खोलनियाँ या जो थले छिटनियाँ गई इस तरह वो दो करके बाल दिते हुए, ठीक है जी, ये बहुत वधिया सिस्टम है। एक बइए की जी एसी कैबिन की पिछे वाली शेप है जी बहुत सोहनी है ना, जिवें एक गोल लाइट दिती हुई है जी, हाँ देखो, हाँ जी। तो इतने पिछे भी जोंडियर का जो लोगो आ जाता इतने कंपनी का, तो आ जाओ भाई आप हम उधर ही चलते हैं घुक के, आ जाओ भाई जी। तो इधरले पासे भी सिंपल उ, ठीक है जी, गोला जिहड़ा मड़गाड़ आ गई, लाइट दिती है पिछे दो लाइट आ गई इधर, ठीक है जी, वाइट सिंपल लाइटा चानने इन्हों का बहुत चानना भाई जी, बहुत बढ़िया चानना पूरा, जिवें कंप्यूटर कराया तो बजता चंगी तरह सारा ए दसदा दिन चढ़ा दिंदा पूरा, ठीक है। तो इधर उमी, ठीक है, गोल आ गया शीशा उमी सिंपल, आप इधर ही घुक के आ गए, ठीक है। यहाँ जी एसी कैबिन दीआं गल्लां बातां, कुछ भी तुहानूं ना पता लग्या होवे तां मैनूं कमेंट कर दो, ਤੁਹਾਡੇ ਕਮੈਂਟ ਦਾ ਮੈਂ ਰਿਪਲਾਈ ਜ਼ਰੂਰ ਕਰੂੰਗਾ। ਅਤੇ ਇਹਦੀ ਹੁਣ ਬਾਈ ਸੀ, ਹਾਂਜੀ, ਇੱਕ ਨਾ ਥੋੜ੍ਹਾ ਇਹਦੇ 'ਚ ਦਿੱਕਤ ਹੈ, ਜਿਵੇਂ ਆਮ ਜੋਂਡੀਰ ਨੇ ਤਾਂ ਲੋਕ ਦੇ ਤੇ, ਜਿਵੇਂ ਆਪਣੇ ਦੂਜੇ ਸੈਂਪਲ ਟਰੈਕਟਰ ਉਹਦੇ ਲੋਕ ਦੇ ਤੇ, ਇਹ ਕੈਬਨ ਵਾਲਾ ਟਰੈਕਟਰ ਹੈ, ਇਹਨਾਂ ਨੇ ਖੁੱਲਦਾ ਦੇ ਤਾ ਇੱਥੋਂ ਬਾਹਰੋਂ, ਅੱਛਾ, ਕੋਈ ਲੋਕ ਨਹੀਂ ਹੈਗਾ, ਚਾਹੀਦਾ ਕੋਈ ਲੋਕ ਨਹੀਂ ਗਾ, ਬਾਹਰੋਂ ਖੁੱਲ ਜਾਂਦੀ ਇਸ ਤਰ੍ਹਾਂ, ਬਾਹਰੋਂ ਖੁੱਲ ਜਾਂਦੀ, ਠੀਕ ਹੈ, ਲੋਕ ਦੇਣਾ ਚਾਹੀਦਾ ਜਦੋਂ ਕੈਬਨ, ਮੰਨ ਲਓ ਇਹ ਵੀ ਲੋਕ ਹੋਣੀ ਚਾਹੀਦੀ, ਅੰਦਰੋਂ ਖੁੱਲ ਜਾਂ ਤਾਂ ਅੰਦਰੋਂ ਚੋਕ ਦੇ ਦਿੰਦੇ ਜਾਂ ਇੱਥੇ ਲੋਕ ਦਿੰਦੇ ਚਾਬੀ ਵਾਲਾ, ਜਾਂ ਅੰਦਰੋਂ ਹੀ ਖੁੱਲਦੀ ਕਰ ਦਿੰਦੇ, ਹਾਂਜੀ, ਅੰਦਰੋਂ ਖੁੱਲਦੀ ਕਰ ਦਿੰਦੇ, ਬਹੁਤ ਵਧੀਆ ਸੀਗਾ, ਅੰਦਰੋਂ ਲੋਕ ਹੋ ਗਈ, ਜਦੋਂ ਕੈਬਨ ਲੋਕ ਕਰਤਾ ਆਪਾਂ ਅੰਦਰ ਲੋਕ ਆ, ਜੇ ਬਾਹਰ ਅੰਦਰ ਰੱਖਣਾ ਉਹਨਾਂ ਟਰੈਕਟਰ ਜਿਵੇਂ ਮਰਜ਼ੀ ਖੜਾ ਰਹੇ ਬੇਟਾ, ਉਹ ਡਿੱਕਾ ਨਹੀਂ ਪੈਂਦਾ, ਆਹੋ ਜਿਵੇਂ ਬਾਹਰੋਂ ਹੀ ਖੋਲ ਕੇ ਤਾਂ ਜਿਹਨੇ ਕੋਈ ਸ਼ਰਾਰਤ ਕਰਨੀ ਉਹ ਕਰ ਸਕਦਾ ਕੁਛ ਵੀ, ਇਹ ਪ੍ਰੋਬਲਮ ਜ਼ਰੂਰ ਹੈਗੀ ਆ, ਠੀਕ ਹੈ। ਅਤੇ ਇਸ ਤਰ੍ਹਾਂ ਇਹ ਸਿੰਪਲੀ ਇਹਨੂੰ ਲੱਗ ਗਿਆ, ਆਈ ਇੱਥੋਂ ਜਿਵੇਂ ਬਾਈ ਜੀ ਨੇ ਖੋਲ੍ਹ ਕੇ ਦਿਖਾਇਆ, ਠੀਕ ਹੈ ਜੀ, ਉਵੇਂ ਇਹਨੇ ਖੁੱਲ੍ਹ ਜਾਣਾ ਹੈਗਾ। ਅਤੇ ਹੁਣ ਆਪਾਂ ਜੇ ਟਰੈਕਟਰ 'ਤੇ ਝਾਤੀ ਮਾਰੀਏ, ਅਤੇ ਇਹਦੀ ਸਟਾਰਟਿੰਗ ਦੇ ਉੱਤੇ ਇਹਦਾ ਜੋਂਡੀਅਰ ਦਾ ਜਿਹੜਾ ਲੋਗੋ ਆ ਗਿਆ, 50 ਕਿਲੋ ਦਾ ਇੱਕ, 50 ਕਿਲੋ ਦਾ ਇੱਕ ਆ ਗਿਆ, 1, 2, 3, 4, 5, 6, ਠੀਕ ਆ, 3 ਕੁਇੰਟਲ ਦਾ ਵੇਟ ਇਹਦੇ ਮੂਹਰੇ ਲੱਗਿਆ ਹੋਇਆ ਜੀ ਕੰਪਨੀ ਵੱਲੋਂ ਜੀ, ਹੈ ਨਾ। ਅਤੇ ਇੱਕ ਇਹ ਲਵਾਏ ਸੀਗੇ, ਅੱਛਾ, ਅਲੱਗ ਤੋਂ ਲਵਾਏ ਹੋਇਆ, ਠੀਕ ਹੈ, ਲਵਾਏ ਕੰਪਨੀ 'ਚੋਂ ਹੀ ਆ, ਠੀਕ ਹੈ ਜੀ। ਅਤੇ ਜਿਹੜੀ ਇਹਦੀ ਇੱਕ ਨਾ ਇਹਦੇ ਵੇਟ ਦੇ ਨਾਲ ਹੀ ਇੱਕ ਹੁੱਕ ਕਵਰ ਕਰਤੀ ਜਿਹੜੀ ਅੱਗੇ ਵਾਲੀ ਆ। ਅਤੇ ਆਹ ਦੇਖੋ ਜਿਹਦਾ ਜਿਵੇਂ ਕਿੱਲੀ ਲਾਤੀ, ਹੈ ਨਾ, ਵੱਡੀ ਇੱਕ ਤਾਂ ਵੈਸੇ ਤਾਂ ਟਰੈਕਟਰ ਜੀ ਬਹੁਤ ਜ਼ੋਰ ਆ ਬਾਈ ਜੀ, ਹੈ ਨਾ, ਪਰ ਫਿਰ ਵੀ ਕੋਈ ਲੋੜ ਪਵੇ ਤਾਂ ਪੱਟ ਕੇ ਮਾਰੂ ਜੀ ਹਰੇਕ ਚੀਜ਼ ਨੂੰ, ਹੈ ਨਾ। ਅਤੇ ਜਿਹੜੀਆਂ ਫਰੰਟ ਵਾਲੀਆਂ ਲਾਈਟਾਂ ਆ ਗਈਆਂ, ਅਤੇ ਇੱਕ ਕਰੋਮ ਫਿਨਿਸ਼ਿੰਗ ਦੀ ਜਿਹੜੀ ਕਵਰ ਕੀਤੀਆਂ ਹੋਈਆਂ ਕਰੋਮ ਫਿਨਿਸ਼ਿੰਗ ਦੇ ਨਾਲ, ਜਿਹੜੀਆਂ ਵਿੱਚ ਇਹਦੇ LED ਲਾਈਟਾਂ ਨੇ ਇਹ, ਠੀਕ ਹੈ, LED ਬੱਲਬ ਇਹਦੇ ਵਿੱਚ 4 LED ਬੱਲਬ ਜਿਹੜੇ ਪਾਏ ਹੋਏ ਨੇ, ਬਹੁਤ ਸੋਹਣੀਆਂ ਲਾਈਟਾਂ ਨੇ। ਅਤੇ ਕੀ ਗੱਲਬਾਤ ਆ ਬਾਈ, ਇਹਦੀ ਹਿੱਸਾ ਵਗੈਰਾ ਤੁਹਾਨੂੰ ਕਿਵੇਂ ਲੱਗਿਆ ਜੀ, ਹੈਵੀ ਹਿੱਸਾ ਲੱਗਦਾ ਮੈਨੂੰ ਤਾਂ? ਹਿੱਸਾ ਤਾਂ ਬਹੁਤ ਵਧੀਆ, ਵੈਸੇ ਥੋੜ੍ਹੀ ਜਿਹੀ ਨਾ ਕਟਾਈ 'ਚ ਦਿੱਕਤ ਆ, ਕਟਾਈ ਥੋੜ੍ਹੀ ਜਿਹੀ ਭਾਰੀ ਮੁੜਦੀ ਆਮ ਟਰੈਕਟਰ ਨਾਲ, ਬਹੁਤ ਭਾਰਾ ਟਰੈਕਟਰ, ਠੀਕ ਹੈ, ਜਿਵੇਂ ਪਾਵਰ ਆ ਇਹਨੂੰ ਥੋੜ੍ਹਾ ਰੈਲਾ ਹੋਣਾ ਚਾਹੀਦਾ, ਕੰਪਨੀ ਥੋੜ੍ਹਾ ਰੈਲਾ ਕਰਨਾ ਚਾਹੀਦਾ, ਪਤਾ ਨਹੀਂ ਕੋਈ ਹੈਗੀ ਇਹਦੇ 'ਚ ਦਿੱਕਤ, ਠੀਕ ਹੈ, ਥੋੜ੍ਹਾ ਭਾਰਾ ਮੁੜਦਾ ਬਸ, ਠੀਕ ਹੈ। ਇਹ ਪ੍ਰੋਬਲਮ ਹੋ ਸਕਦੀ ਹੈ ਬਾਈ, ਕਿਉਂਕਿ ਇੱਕ ਤਾਂ ਗੱਲਬਾਤ ਇਹ ਆ, ਆਪਾਂ ਇੱਕ ਤਾਂ ਟਰੈਕਟਰ ਦਾ ਏਜੰਸੀ 'ਚ ਖੜ੍ਹੇ ਦੀ ਟਰੈਕਟਰ ਦੀ ਵੀਡੀਓ ਬਣਾਤੀ ਬਾਈ ਜੀ, ਹੈ ਨਾ, ਹੁਣ ਸਾਰੇ ਆਪਾਂ ਨੂੰ ਦੇਖੀ ਜਾਂਦੇ ਨੇ, ਇੱਕ ਆਪਾਂ ਟਰੈਕਟਰ ਜ਼ਮੀਨ 'ਚ ਖੜ੍ਹਾ ਤੁਹਾਡੇ ਨਾਲ ਗੱਲਾਂ ਬਾਤਾਂ ਆਪਾਂ ਕਰੀ ਜਾਂਦੇ ਹਾਂ, ਇੱਕ ਉਹ ਗੱਲਬਾਤ ਹੋ ਗਈ ਵੀ ਪ੍ਰੋਬਲਮਸ ਨਹੀਂ ਆਪਾਂ ਨੂੰ ਪਤਾ ਲੱਗਦੀਆਂ ਹੈਗੀਆਂ, ਟਰੈਕਟਰ ਦੀ ਵੀਡੀਓ ਬਣਾਤੀ ਵੀ ਹਾਂ ਵੀ ਟਰੈਕਟਰ ਬਹੁਤ ਵਧੀਆ, ਠੀਕ ਆ ਵੀ ਟਰੈਕਟਰ ਲੈ ਸਕਦੇ ਹੋ, ਆਪਾਂ ਇਹ ਗੱਲ ਵੀਡੀਓ 'ਚ ਕਹਿ ਦਿੰਦੇ ਹਾਂ ਜੀ, ਹਾਂ ਜੀ ਉਹ ਤਾਂ ਹੈ,
ਤੇ ਪਰ ਜਿਹੜੀ ਆਪਾਂ ਹੁਣ ਤੁਸੀਂ ਪ੍ਰੋਬਲਮ ਦੱਸੀਆਂ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਮੇਰੇ ਹਿਸਾਬ ਨਾਲ। ਇਹ ਤਾਂ ਜ਼ਿਮੀਂਦਾਰ ਜੀ ਨੇ ਚਲਾਈ ਹੈ ਜੀ, ਤੇ ਹੁਣ ਪਤਾ ਹੈਗਾ ਉਹਨੇ ਉਹੀ ਦੱਸ ਸਕਦਾ ਏਜੰਸੀ ਵਾਲੇ ਤੋਂ। ਭਾਰੇ ਹਿੱਸੇ ਦੀ ਗੱਲ ਇਹ ਤਾਂ ਵੀ 4x4 ਹਰੇਕ 'ਚ ਹੀ ਆਉਂਦੀ ਹੈ ਚੀਜ਼ ਤਾਂ ਆਉਂਦੀ ਤਾਂ ਹੈਗੀ, ਨੋਰਮਲ ਤਾਂ ਆਉਂਦੀ ਹੈ ਵੀ ਮੈਂ ਚਲਾਇਆ 4x4 ਚਲਾਇਆ, ਇਹ ਨਜਾਇਆ ਜੀ ਥੋੜ੍ਹਾ ਜਿਹਾ ਵੱਧ ਭਾਰਾ ਹੈਗਾ, ਥੋੜ੍ਹੀ ਜਿੱਦਾਂ ਨਵਾਂ ਕਰਕੇ ਗਰੀਸ ਦੀ ਦਿੱਕਤ ਹੈਗੀ ਹੈ, ਹੈਗੀ ਆ ਭਾਰੇ ਆ ਸਾਰੇ 4x4 ਜਿਹੜੇ ਇਹਨਾਂ ਦੇ 700 ਜਿਹੜੇ ਕੋਈ ਵੀ ਹੈਗੇ 855 ਵਾਲਾ, ਸਵਰਾਜ ਵਾਲਾ, ਸੋਨਾਲੀਕਾ ਵਾਲਾ, ਹੈ ਨਾ, ਸਾਰਿਆਂ 'ਚ ਸੈਂਪਲ ਨਾਲੋਂ 4x4 ਭਾਰਾ ਆਉਂਦਾ ਹੈਗਾ, ਨਵਾਂ ਟਰੈਕਟਰ ਗਰੀਸ ਦੀ ਕੀ ਪ੍ਰੋਬਲਮ ਹੋ ਗਈ, ਬੁਸ਼ ਟਾਇਰ ਹੁੰਦੇ ਜੋ ਕੰਪਨੀ ਵੱਜਦੀ, ਬੁਸ਼ ਟਾਇਰ ਵੀ ਹੋ ਸਕਦੇ ਨਾ, ਠੀਕ ਹੈ, ਚੱਲ ਕੇ ਰੈਲਾ ਹੋ ਸਕਦਾ, ਠੀਕ ਹੈ, ਇਹ ਵੀ ਹੋ ਸਕਦਾ, ਹੋ ਸਕਦਾ ਆਪਾਂ ਜੋਂਡੀ ਪਹਿਲੀ ਵਾਰ ਚਲਾਇਆ 4x4, ਹੋ ਸਕਦਾ ਇਹ ਮੈਂ ਕੰਪਨੀ ਭਾਰਾ ਹੀ ਰੱਖਿਆ ਹੋਵੇ, ਕੰਪਨੀ ਨੇ ਪਹਿਲਾਂ ਤੁਸੀਂ ਭਾਰਾ ਰੱਖਤਾ ਹੋਵੇ, ਹੈ ਨਾ, ਵੀ ਆਮ ਟਰੈਕਟਰ ਜਿਵੇਂ ਹੁਣ 755 ਟਰੈਕਟਰ ਆਇਆ ਸੀ ਮਹਿੰਦਰਾ ਦਾ, ਅਸੀਂ ਮਹਿੰਦਰਾ ਨਾਲ ਜੁੜੇ ਹਾਂ ਸਾਨੂੰ ਪਹਿਲਾਂ ਤੋਂ 8 ਤੋਂ, ਅਤੇ ਉਹ ਟਰੈਕਟਰ ਆ ਇਹਦੇ ਨੂੰ ਥੋੜ੍ਹੇ ਜਿਹੇ ਲਾਈਟ ਮੋੜਦੇ, ਥੋੜ੍ਹਾ ਜਿਹਾ ਹੈਵੀ ਮੋੜਦਾ ਭਾਰਾ ਥੋੜ੍ਹਾ ਜਿਹਾ, ਠੀਕ ਹੈ, ਵੀ ਇਹ ਗੱਲ ਦਾ ਧਿਆਨ ਰੱਖਿਓ ਚੋਬਰੋ। ਹੁਣ ਅਤੇ ਜਿਹੜਾ ਫਰੰਟ ਟਾਇਰ ਦੀ ਗੱਲ ਕਰੀਏ, ਤਾਂ ਟਾਇਰ ਦਾ ਸਾਈਜ਼ ਹੈਗਾ 11-2-24, ਇਹਦਾ ਫਰੰਟ ਟਾਇਰ ਦਾ ਸਾਈਜ਼ ਆ ਗਿਆ, ਅਤੇ ਜਿਹੜੇ ਪਿੱਛੇ ਵਾਲੇ ਹੈਗੇ 16-9-30 ਦੇ ਟਾਇਰ ਆ ਗਏ ਪਿੱਛੇ ਵਾਲੇ, ਅਤੇ ਹੁਣ ਬਾਈ ਆਪਾਂ ਮਾਰੀ ਇੰਜਨ 'ਤੇ ਝਾਤੀ, ਹਾਂਜੀ, ਲਓ ਵੀ ਇੱਧਰੋਂ ਆਪਾਂ ਇਹਨੂੰ ਸਿੰਪਲਾਂ ਹੀ ਖੋਲ ਦਿੰਦੇ ਹਾਂ, ਲਓ ਜੀ ਉੱਪਰ ਹੋ ਗਿਆ, ਠੀਕ ਹੈ, ਇਹਦਾ ਡਰਾਈ ਏਅਰ ਕਲੀਨਰ ਆ ਗਿਆ, ਆ ਇਹਦਾ EGR ਲੱਗਿਆ ਆ ਗਿਆ, ਠੀਕ ਹੈ, EGR ਲੱਗਿਆ ਆ ਗਿਆ, ਇਹਦੇ ਇੱਧਰੋਂ ਧੂੰਆਂ EGR ਦੇ ਵਿੱਚ ਆਉਣਾ, ਅਤੇ ਜਿਹੜੀਆਂ ਦੋਨੇ ਪਾਈਪਸ ਨੇ, ਇੱਕ ਆਹ ਪਾਈਪ ਹੋ ਗਈ, ਠੀਕ ਹੈ, ਅਤੇ ਇੱਕ ਆਹ ਪਾਈਪ ਹੋ ਗਈ, ਇੱਧਰੋਂ ਕੂਲੈਂਟ ਆ ਜਿਹੜਾ ਵਾਟਰ ਬਾਕਸ ਦੇ ਵਿੱਚ ਕੂਲੈਂਟ ਆਹ ਪਾਈਪ ਰਾਹੀਂ EGR 'ਚ ਆਉਣਾ ਹੈਗਾ, ਇੱਧਰੋਂ ਜਿਹੜਾ ਧੂੰਆਂ ਗਾ ਧੂੰ ਇੰਨੇ ਠੰਡਾ ਹੋ ਕੇ ਸਿੱਧਾ ਢੋਲਕੀ 'ਚ ਜਾਣਾ, ਇੱਧਰ ਢੋਲਕੀ ਲੱਗੀ ਹੋਈ ਹੈ ਨੂਰ, ਢੋਲਕੀ ਦਿਖਾ, ਉਹ ਸਿੱਧੀ ਬਲੈਕ ਸਾਹਮਣੇ ਤੁਸੀਂ ਜਿਹੜੀ ਢੋਲਕੀ ਦੇਖ ਰਹੇ ਹੋ ਉੱਧਰ ਜਾਣਾ, ਅਤੇ ਜਿਹੜਾ ਤਾਂ ਹੈਗਾ ਵੇਸਟ ਜਾਂ ਧੂੰਆਂ ਹੁੰਦਾ ਗਾ ਜਿਹੜਾ ਉਹ ਕੱਢ ਦਿੰਦਾ ਹੈਗਾ ਸਲੈਂਸਰ ਰਾਹੀਂ ਧੂੰਆਂ ਨਿਕਲ ਜਾਂਦਾ, ਅਤੇ ਜਿਹੜਾ ਬਾਕੀ ਦਾ ਜਿਹੜਾ ਧੂੰਆਂ ਇੰਜਨ ਦੇ ਵਿੱਚ ਹੀ ਰਹਿੰਦਾ, ਵੀ ਮਤਲਬ ਕਹਿਣ ਦਾ ਮਤਲਬ ਇਹ ਹੈ ਜਿਹੜੀਆਂ ਇੰਡੀਅਨ ਗੌਰਮੈਂਟ ਦੀਆਂ ਹਦਾਇਤਾਂ ਨੇ, ਇੰਡੀਅਨ ਗੌਰਮੈਂਟ ਦੇ ਬਾਈ ਜੀ ਰੂਲ ਨੇ, ਹੈ ਨਾ, ਉਹਨਾਂ ਦੇ ਅਨੁਸਾਰ ਆ ਜਿਹੜਾ 99.9% ਜਿਹੜਾ ਪੋਲਿਊਸ਼ਨ ਖਤਮ ਕਰਤਾ, ਖਤਮ ਕਰਤਾ ਜੀ, ਜਿਵੇਂ ਕਰਤਾ, ਹਾਂਜੀ, ਇਹ ਗੱਲਬਾਤ ਇਹਦੀ ਹੈਗੀ। ਅਤੇ ਆ ਇਹਦੇ ਪੰਪ ਲੱਗਿਆ ਹੋਇਆ ਗਾ, ਜੇ ਟਰੈਕਟਰ ਨੂੰ ਆਪਣਾ ਹਵਾ ਲੈਂਦਾ ਆਪਾਂ ਡੀਜ਼ਲ ਕਈ ਵਾਰ ਪਾਉਣਾ ਭੁੱਲ ਜਾਂਦੇ ਹਾਂ, ਜਾਂ ਟਰੈਕਟਰ ਨੂੰ ਦੱਬੀ ਤੁਰੀ ਫਿਰਦੇ ਹਾਂ, ਡੀਜ਼ਲ ਮੰਨੀ ਦੇਖਦੇ ਨਹੀਂ ਹੈਗੇ, ਹੈ ਨਾ, ਅਤੇ ਮੈਂ ਆਪਾਂ ਫੀਲਡ ਪੰਪ ਕਹਿੰਦੇ, ਫੀਲਡ ਪੰਪ ਮਾਰਦੇ ਹਾਂ, ਹਾਂਜੀ, ਉਹ ਕਢਾਉਣੀ ਹੈ ਜਾਂ ਡੀਜ਼ਲ ਫਿਲਟਰ ਬਣੇ ਸਰਵਿਸ ਕਰਨੇ, ਉਹ ਮਾਰਨਾ ਪੈਂਦਾ ਹੈਗਾ, ਹਾਂਜੀ, ਡੀਜ਼ਲ ਚੜ੍ਹਾਉਣ ਵਾਸਤੇ, ਹਾਂਜੀ। ਇੱਕ ਬਾਈ ਇਹ ਵੀ ਸੌਖਾ ਕਰਤਾ ਨਾ ਕੰਮ, ਜਿਵੇਂ ਆਪਣਾ ਆਹ ਨਟ ਦਿੱਤਾ ਹੋਇਆ, ਨੂਰ ਨਟ ਦਿਖਾਈ ਇੱਧਰ ਆ ਕੇ, ਆਹ ਨਟ ਦਿੱਤਾ ਹੋਇਆ ਨਿੱਕਾ ਜਿਹਾ, ਅਤੇ ਜੇ ਹੁਣ ਆਪਣਾ ਟਰੈਕਟਰ ਹਵਾ ਲੈਂਦਾ ਨਟ ਨੂੰ ਢਿੱਲਾ ਕਰਕੇ ਬਸ ਸਿੱਧੇ ਪੰਪ ਮਾਰੋ, ਹਵਾ ਨਿਕਲ ਗਈ ਜੀ, ਇੱਕ ਇਹ ਵੀ ਥੋੜ੍ਹਾ ਜਿਹਾ ਟਾਈਮ ਜਿਹਾ ਘੱਟ ਲੱਗਦਾ, ਮੱਥਾ ਜਿਹਾ ਘੱਟ ਵੱਜਦਾ, ਹੈ ਨਾ, ਅਤੇ ਇਹ ਜਿਹੜੀ CRD ਦੀ ਇਹਦੀ ਜਿਹੜੀ ਮੇਨ ਗੱਲਬਾਤ ਇਹ ਹੈਗੀ। ਅਤੇ ਇੱਕ ਇਹਦੇ ਨਾਲ ਆਹ ਟਰਬੋ ਲੱਗਿਆ ਗਿਆ ਇੱਥੇ, ਆਹ ਨੂੰ ਟਰਬੋ ਦਿਖਾ, ਠੀਕ ਹੈ ਜੀ, ਇੱਕ ਇਹ ਟਰਬੋ ਲੱਗਿਆ ਗਿਆ, ਅਤੇ ਜਿਹੜੇ ਟਰਬੋ ਦੇ ਵਿੱਚੋਂ ਇੱਕ ਪੈਪ ਜਾਂਦੀ ਆ ਏਅਰ ਕੂਲਰ ਰਾਹੀਂ, ਠੀਕ ਹੈ, ਟਰਬੋ ਦੇ ਵਿੱਚੋਂ ਪੈਪ ਇਹ 'ਚ ਏਅਰ ਕੂਲਰ ਦੇ ਵਿੱਚ ਆ ਗਈ ਆ, ਅਤੇ ਜਿਹੜਾ ਹੈ ਏਅਰ ਕੂਲਰ ਦੇ ਵਿੱਚੋਂ ਜਿਹੜਾ ਠੰਡੀ ਹੋ ਕੇ ਹਵਾ ਫੇਰ ਇੰਜਨ ਦੇ ਵਿੱਚ ਐਂ ਵੜ ਗਈ, ਇੱਧਰ ਦੇਖੋ ਆ ਗਈ ਇੱਧਰਲੀ ਸਾਈਡ, ਰਾਈਟ ਸਾਈਡ ਫੇਰ ਇੰਜਨ ਦੇ ਵਿੱਚ ਹਵਾ ਵੜ ਗਈ, ਠੀਕ ਹੈ, ਅਤੇ ਜਿਹੜਾ ਇੰਜਨ ਦੇ ਵਿੱਚ ਜਿਹੜਾ ਪੋਲਿਊਸ਼ਨ ਆ ਵੀ ਉਹ ਖਤਮ ਕਰਤਾ, ਜਿਹੜੀ ਆਪਾਂ ਗੱਲ ਪਹਿਲਾਂ ਕਰਕੇ ਹਟੇ ਹਾਂ, ਠੀਕ ਹੈ, ਅਤੇ ਇੱਕ ਜਿਹੜੀ ਆਹ ਸਾਹਮਣੇ ਇਹਦੀ ਜਾਲੀ ਦੇਤੀ, ਇਹ ਜਾਲੀ ਐਂ ਨਿਕਲ ਜਾਂਦੀ ਆ, ਠੀਕ ਹੈ, ਇਹਨੂੰ ਆਪਾਂ ਸਾਫ਼ ਕਰ ਸਕਦੇ ਹਾਂ ਜੇ ਮਰਜ਼ੀ, ਬਸ ਐਂ ਨਿਕਲ ਗਈ ਸਿੰਪਲ, ਹਾਂਜੀ, ਡਬਲ ਰੇਡੀਏਟਰ ਵਾਲੀ ਇੱਧਰ ਅਲੱਗ ਆ ਗਈ, ਇਹਦੇ ਦੋ ਆ ਗਈਆਂ, ਠੀਕ, ਅਤੇ ਇਹਦੇ 4x4 ਕਰਕੇ ਦੋ ਆ ਗਈਆਂ, ਅਤੇ ਬਾਕੀ ਜਿਹੜੇ 2x2 ਹੁੰਦੇ ਉਹਨਾਂ ਦੇ ਆਹੀ ਹੁੰਦੀ ਹੈ ਵੱਡੀ ਵੀ ਡਬਲ ਰੇਡੀਏਟਰ ਵਾਲੀ, ਏਅਰ ਕੂਲਰ ਆ ਗਿਆ ਨਾ ਮੂਰੇ, ਏਅਰ ਕੂਲਰ ਨੂੰ ਡਸਟ ਨਾ ਜਾਵੇ, ਹਾਂਜੀ, ਇਹਦੇ ਰੇਡੀਏਟਰ ਨੂੰ ਡਸਟ ਨਾ ਜਾਵੇ, ਉਹਨੂੰ ਸਾਫ਼ ਕਰਨਾ, ਗਰਮ ਕਰਨਾ, ਇਹਨੂੰ ਖਿੱਚੋ ਬਾਹਰ, ਹਾਂਜੀ, ਇਹਨੇ ਸਾਫ਼ ਹੋ ਜਾਣਾ, ਕੋਈ ਝਾੜਨ ਦੀ ਲੋੜ ਨਹੀਂ, ਕੁਛ ਨਹੀਂ ਕਰਨ ਦੀ, ਇਹਨੂੰ ਵੀ ਸਾਫ਼ ਹੋ ਜਾਣਾ, ਹਾਂਜੀ, ਜਿਵੇਂ ਉਹਨੇ ਕਰਦੇ ਚੜਦਾ, ਜਿਵੇਂ ਸੁਪਰ ਸੀਡਰ 'ਤੇ ਚਲਾਉਂਦੇ ਆਪਾਂ, ਹਾਂਜੀ, ਜ਼ਿਆਦਾ ਦਿੱਕਤ ਆਉਂਦੀ, ਉਦੋਂ ਸਵਾਹ ਇਹਦੇ ਵਿੱਚ ਫਸਣ ਲੱਗ ਜਾਂਦੀ, ਉਦੋਂ ਬਸ ਖਿੱਚੋ ਨੋਰਮਲ ਐਂ ਸਾਫ਼ ਹੋ ਜਾਣਾ, ਝਾੜਨ ਦੀ ਲੋੜ ਨਹੀਂ, ਠੀਕ ਹੈ। ਇਹ AC ਵਾਲਾ ਆ ਗਿਆ, ਠੀਕ ਹੈ ਜੀ, AC ਵਾਲਾ ਜਿਹੜਾ ਸਿਸਟਮ ਆਪਣਾ ਲੱਗਿਆ ਹੁੰਦਾ, ਅਤੇ ਆ ਡੀਜ਼ਲ ਵਾਲਾ ਆ ਗਿਆ, ਠੀਕ ਹੈ, ਡੀਜ਼ਲ ਵਾਲਾ ਜਿਹੜਾ ਠੰਡਾ ਰੱਖਦਾ ਡੀਜ਼ਲ ਨੂੰ, ਇੱਕ ਜਿਹੜੀ ਇਹਦੀ ਨਾ ਤੁਹਾਨੂੰ ਸਾਈਡ 'ਤੇ ਸਟਿੱਕਰ ਮਿਲੂਗਾ, ਇਹਦੇ ਲਿਖਿਆ ਵਾ 4WD 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 ਗੇਅਰ ਪ੍ਰੋ ਦਾ ਮਤਲਬ ਆ ਗਿਆ, ਜਿਹੜਾ ਇਹਦਾ
फोर स्पीडा वाला ये गेयर आ गया लिफ्ट प्रो, मतलब जो लिफ्ट की लिफ्ट कपैसिटी 2200 kg हैगी भी लिफ्ट आ जी बड़ी वधिया काम करती है। कैब कैबन एसी कैबन आ गया, ये चार ये जी मेन गल्लां इत्थे ट्रैक्टर दियां लिखियां होईयां ने। तो दूरों लुक दिखा दे इहदी बोनट खुले दी नूर इस तरह एक बारी, इस तरह जिहड़ा ट्रैक्टर दूरों जिहड़ा दा बड़ा ही सोहना दिखदा हैगा। तो इधर आ जिहड़ा इधर आ जा नूर, इधर जिहड़ा इहदा डीजल टैंक दिता होया 70 लीटर डीजल इहदे विच जिहड़ा टैंकी दे विच पै जांदा। एक ना जिहड़ा इहदा इत्थे चार जालियां दित्तियां होईयां ने, सब तो वड्डी उदू छोटी उदू छोटी उदू छोटी, भी जिहड़े वड्डे ट्रैक्टर ने वध पावर वाले ट्रैक्टर ने तो इन्हां दे विच जिहड़ी इंजन दे विच जिहड़ी हीट बढ़ती हुंदी आ हीट आ जिहड़ी बाहर निकलती रहिंदी आ, ठीक है, भी इंजन आपदे आप विच ही इह गर्म नहीं हुंदा हैगा, इस करके जालियां दित्तियां होईयां ने। इह 63 पावर दा ट्रैक्टर आ चोबरो, इह बाई जी कहिंदे ना भी जिहड़ा पावर इह 70 पावर दे ट्रैक्टर जिन्नी 63 पावर वाला कम करदा जी बाई जी, है ना, ठीक पावर बहुत जोंडी विच पावर वधदी हुंदी आ। हाँ जी, आम ट्रैक्टर की पावर घट होंगी। हाँ जी, जानी आप 50 horsepower भी ट्रैक्टर मान कहती कंपनी तो 60 के मुकाबले काम करते, ठीक है। तो भाई जी जिम्मे स्पीडा की गल करते हो जी, है ना, भी स्पीडा के कि प्रॉब्लम आँगी हैगी, एक जी कि फ्यूल कंजप्शन तुम्हें दसी आ, तो जोड़े वीर किराए से चला चाहते हैं भी की करन हूँ वह किराए तो जोटी ट्रैक्टर जिम्मे हम एसी कैबन आए तो कोई परता नहीं पा, ठीक है, ठीक है जी। 8-9 लीटर खा के 1000 रुपये अपना चलता, लोग 900 भी ले जाने बिच 1000 रुपये रेट चलता, जो हूँ मान लो 9 लीटर खा गया 900 का तेल ही खा गया तो बचे कि 100 रुपये वो ड्राइवर ने भी लैके जाना, वो तो ड्राइवर ने भी जाना जी, ये चल आप चला करके अपन चल 100 रुपये वो तो ये कोई परता नहीं पैंता। जिम्मे हम महिंद्रा ट्रैक्टर आ गए मान के चलो जो 5 लीटर भी खाते तो अपन अद्ध तो बच जाना उन्होंने बच जाता जी, ये दिक्कत हैगी। जिम्मे जॉन्डियर ने जी स्पीड इन्होंने हाई ए बी सी डी 3-4 स्पीड तो करता इन्होंने, ठीक है, ठीक है जी। उधरों भी चार गेयर देते मेरा तो मनना यह भी उधरों 3 स्पीडा कर देने इधरों एक गेयर बढ़ा देने वो की दिक्कत आँगी, जो 4 स्पीडा देती जे तो आप हम गेयर व्डा कर दें तो ज्यादा स्पीड बढ़ जाती है, उधरों भी अभी ए बी सी बदल के देख लिया उधर भी स्पीड बढ़ती है, कोई चक्कर सही नहीं मिलते। जिम्मे हम दूजे मोटर का दूजे च सी चलता जो आप दूजे सी चो मन के चलो बीज करते हैं तो ज्यादा स्लो हो जाती है, ठीक है, जो सीज करते हैं तो तेज हो जाता, जे मान लो दूजे बीज करते हैं तो लो हो जाता ज्यादा, ठीक है, ए हो जाता। हाँ जी, ये दिक्कत आँगी ये, ठीक है। भी जेडे जिम्मे महिंद्रा नाल जुड़े हुए हो जी पहला तो दसी गल दिक्कत जमी नहीं आती वो की पता ए बी सी हाई लो मीडियम 3 स्पीडा जी, वो उन्होंने गेयर बताता 5 करते उधर, ठीक है, वो गेयर बढ़ा जिम्मे हम आप दूजे ज मान लो जो दूजे ज तीजे ज चलता वो तीजे मीडियम से चलता जी, ठीक है, नोवा ट्रैक्टर 605 जी आप मान लो चौथे च भी मारना वो नॉर्मल स्पीड बढ़ जाती है, भी रंधे च मारना आप जिमीदार की बचत टाइम का बचत हो जाती है जिमीदार, ठीक है, अपनी बचत हो जाती है टाइम की, आप अगे भी जाके ला सकते हैं। हूँ जिम्मे हम तीजे च आप दूजे च मारना पैदा तीजा गेयर लेंदा नहीं गा, ठीक है, ठीक है, तीजे चो चौथा ले लैंदा जिम्मे हम हल्का रंधा मारना जिम्मे रंधे वेले जो हल्का लास्ट मारना या दूजा रंधा दो रंधे मारने तो उन्होंने आप चा चौथे च ला के मार सकते हैं, ठीक है। मीडियम ये डेकर तो जोड़ी हैगी ज्यादा स्पीड बढ़ जाती है या घट जाती है ऐ हो जाता जिम्मेदार आम कहना भी नॉर्मल एडा ट्रैक्टर हौली तर चल हौली तौर मेरे एक डीजल खपता जो हम तार चार ज्यादा तेज तौर हम मोड़ से आए जो मोड़ से ज्यादा तेज जाता तो वो जी मिट्टी हैगी जो ज्यादा मुड़ूगा तेज ना मिट्टी बाहर कड़ दिता भी मत्थे उच्चे कर दिता फिर सैडा, ठीक है जी। जो लास्ट गेड़े लावा गया लास्ट गेड़े वे वो सारा कड़ा भरन लग जाता लग जाता ये दिक्कत पैंती है, ठीक है। ये गलों का चोबरों ध्यान रखियो तो मैनू नहीं लगता फिर भी हजे कुछ दस वाला रह गया होगा, तो लो जी बोनट में ला दी आप। एक बाई जी का आप फोन नंबर लेने गए बाई भी बाई तो कोई नॉलेज लैनी हो कैबन बारे कोई प्रॉब्लम होर पुछनी हो फायदा होर पुछना हो तो बाई में कंटैक्ट कर सकते हो। एक बाई जी तो आप ये भी पूछता भी बाई कि इंप्लीमेंट के किराए का काम करते हैं, बाई जी अपना फोन नंबर बोल दो जी पहला 9855-99-00-6 ठीक है जी। तो बाई जी कि इंप्लीमेंट यूज करते हो तुम किराए लिए हो गया जी। हाँ जी, ट्रालियां हो गई ट्राहे हो गए, ठीक है, जेसीबी पोप लेना, ठीक है, ठीक मतलब जेसीबी का काम भी है बाई जी को बाई ना कंटैक्ट कर सकते हो। फिर किन्ने
ਕਿਲੋਮੀਟਰ ਦਾ ਏਰੀਆ ਤੁਸੀਂ ਕਵਰ ਕਰਦੇ ਹੋ ਜੀ? ਯਾਨੀ ਜਿਹੜਾ ਲੋਕਲ ਕੰਪਿਊਟਰ ਕਰਾ ਜਾਂ ਟਰਾਲੇ ਟਰੈਕਟਰ ਵਗੈਰਾ ਇਹ ਤਾਂ 25-30 ਕਿਲੋਮੀਟਰ ਏਰੀਏ ਜੀ ਕਰਦੇ ਹਾਂ ਕਵਰ। ਠੀਕ ਹੈ, ਜਿਵੇਂ ਕੋਬਲਾਂ ਇਹ ਲੰਘ ਜਾਂਦੀਆਂ ਦੂਰ ਬਾਟ ਵੀ ਜਾਣਾ ਪੈ ਜਾਂਦਾ ਸਾਨੂੰ, ਜਿਵੇਂ ਪੰਜਾਬ ਕਰਦੇ ਪੰਜਾਬ ਸੀ ਨਹਿਰਾਂ ਨੂਹਰਾਂ ਦੇ ਠੇਕੇਦਾਰਾਂ ਨਾਲ। ਠੀਕ ਹੈ, ਉਹਨਾਂ ਨਾਲ ਕਾਰੋਬਾਰ ਹੋ ਜਾਂਦਾ ਜੀ? ਹਾਂ ਜੀ ਹਾਂ। ਠੀਕ ਹੈ, ਚਲੋ ਵੀਰ ਬਾਈ ਜੀ ਨਾਲ ਤੁਸੀਂ ਕੰਟੈਕਟ ਕਰਕੇ ਕੋਈ ਵੀ ਨੌਲੇਜ ਜਿਹੜੀ ਲੈ ਸਕਦੇ ਹੋ, ਕੋਈ ਜੇ ਸੀ ਬੀ ਦਾ ਤੁਹਾਨੂੰ ਤੁਸੀਂ ਕੰਮ ਕਰਵਾਉਣਾ ਉਹ ਵੀ ਤੁਸੀਂ ਬਾਈ ਤੋਂ ਜਿਹੜਾ ਕੰਮ ਕਰਵਾ ਸਕਦੇ ਹੋ। ਅਤੇ ਮਿਲੀਏ ਕਿਸੇ ਅਗਲੇ ਹੋਰ ਘੈਂਟ ਬਲੌਗ ਦੇ ਵਿੱਚ। ਚਲੋ ਬਾਈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਸੱਚੀ ਜਾਣਕਾਰੀ ਦਿੱਤੀ ਹੈ ਜਿਹੜੀ, ਹੈ ਨਾ। ਇੱਕ ਤਾਂ ਬਾਈ ਜੀ ਉਹ ਹੁੰਦੀ ਆਪਾਂ ਗੱਲ ਕੁਛ ਹੋਰ ਹੁੰਦੀ ਹੈ, ਦੱਸਣੀ ਕੁਛ ਹੋਰ ਹੁੰਦੀ ਹੈ ਜੀ, ਦੱਸਦੇ ਕੋਈ ਹੋਰ ਆ, ਹੁੰਦੀ ਕੋਈ ਹੋਰ ਹੁੰਦੀ ਕੁਛ ਹੋਰ, ਉਹ ਗੱਲ ਨਹੀਂ ਜੀ, ਆਪਾਂ ਜਿਹੜੀ ਸੱਚੀ ਸੁੱਚੀਆਂ ਗੱਲਾਂ ਦੱਸੀਆਂ ਜਿਹੜੀਆਂ ਹੈਗੀਆਂ ਉਹ ਹੈਗੀਆਂ। ਹਾਂਜੀ, ਸਹੀ ਹੈ ਜੀ ਗੱਲ। ਚਲੋ ਫਿਰ ਮਿਲੀਏ ਜੀ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ। ਓਕੇ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਕੀਮਤੀ ਸਮਾਂ ਦਿੱਤਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।